ਤੁਸੀਂ ਦੇਖ ਰਹੇ ਹੋ ਜਸ ਟੀਵੀ, ਮੈਂ ਹੈ ਕੇ ਪੀ ਸਿੰਘ, ਤੁਹਾਡਾ ਸਵਾਗਤ ਕਰਦਾ। ਟੂ ਦਾ ਪੁਆਇੰਟ ਵਿੱਚ ਅੱਜ ਗੱਲ ਹੋਵੇਗੀ NRIS ਵੋਟ ਬੈਂਕ ਦੀ। NRIS ਵੋਟ ਬੈਂਕ ਦੀ ਗੱਲ ਪਹਿਲਾਂ ਵੀ ਹੁੰਦੀ ਆਈ ਹੈ, ਸਿਆਸਤ ਵਾਰ ਵਾਰ ਕਹਿੰਦੀ ਹੈ ਕਿ NRIS ਵੋਟ ਬੈਂਕ ਸਾਡੇ ਲਈ ਬਹੁਤ ਜ਼ਰੂਰੀ ਹੈਗਾ, ਹਾਲਾਂਕਿ ਸਿਆਸਤ ਸਿੱਧੇ ਤੌਰ 'ਤੇ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੁੰਦੀ, ਕਿਉਂਕਿ NRIS ਨੂੰ ਹਮੇਸ਼ਾ ਡਾਲਰਾਂ ਅਤੇ ਪਾਊਂਡਸ 'ਤੇ ਨਜ਼ਰ ਨਾਲ ਦੇਖਿਆ ਜਾ ਰਿਹਾ ਹੈਗਾ ਸੀਗਾ। ਪਰ ਉਸ ਤੋਂ ਪਹਿਲਾਂ ਵਾਰ ਵਾਰ ਇਹ ਕੋਸ਼ਿਸ਼ ਕੀਤੀ ਗਈ ਕਿ NRIS ਦਾ ਪੱਕਾ ਵੋਟ ਬੈਂਕ ਹੈ ਜਿਹੜਾ ਉਹ ਤਿਆਰ ਕੀਤਾ ਜਾਵੇ, NRIS ਦੇ ਅੰਕੜੇ ਇਕੱਠੇ ਕੀਤੇ ਜਾਣ, ਪ੍ਰਵਾਸੀ ਭਾਰਤੀ ਸੰਮੇਲਨ ਕਰਾਏ ਜਾਣ। ਬਹੁਤ ਕੁਝ ਕੀਤਾ ਸਰਕਾਰਾਂ ਨੇ, ਇਹ ਹੁਣ ਵਾਲੀ ਸਰਕਾਰ ਨਹੀਂ, ਇਸ ਤੋਂ ਪਹਿਲਾਂ ਵੀ ਸਰਕਾਰਾਂ ਨੇ ਬਹੁਤ ਕੁਝ ਕੀਤਾ, ਪਰ NRIS ਨੂੰ ਕਿੰਨੇ ਲੋਕ ਪ੍ਰਭਾਵਿਤ ਕਰ ਸਕੇ ਸਵਾਲ ਬਹੁਤ ਸਾਰਾ ਹੈਗਾ। ਲੋਕ ਸਭਾ ਦੇ ਵਿੱਚ ਇੱਕ ਸੋਧ ਬਿੱਲ ਲਿਆਂਦਾ ਗਿਆ ਅਤੇ ਉਸ 'ਤੇ ਮੋਹਰ ਲਾਗੀ ਹੈਗੀ ਹੈ, ਰਾਜ ਸਭਾ ਵਿੱਚ ਇਮਤਿਹਾਨ ਹੋਵੇਗਾ, ਇਮਤਿਹਾਨ ਦੇ ਵਿੱਚ ਪਾਸ ਹੋਵੇਗੀ ਸਰਕਾਰ ਕਿ ਨਹੀਂ ਹੋਵੇਗੀ। ਪਰ ਸਾਡਾ ਸਵਾਲ ਇੱਕੋ ਹੀ ਹੈ, NRI ਵੋਟਰਾਂ ਅਤੇ ਪ੍ਰੋਕਸੀ ਵਾਲਾ ਪਲਾਨ ਹੈ ਕੀ? ਅਸੀਂ ਬਹਿਸ ਕਿਉਂ ਕਰ ਰਹੇ ਹਾਂ? ਟੂ ਦਾ ਪੁਆਇੰਟ ਵਾਈ ਬਹਿਸ ਇਸ ਕਰਕੇ ਕਰ ਰਹੇ ਹਾਂ ਕਿ NRIS ਵੋਟਰ ਦਾ ਮਾਮਲਾ ਹੈਗਾ ਅਤੇ NRIS ਵੋਟਰ ਬਹੁਤ ਵੱਡੀ ਗਿਣਤੀ ਵਿੱਚ ਹੈਗੇ, ਕਰੋੜਾਂ ਦੀ ਗਿਣਤੀ ਵਿੱਚ ਹੈਗੇ ਆ। ਅਲੱਗ ਅਲੱਗ ਅੰਕੜੇ ਦਿੱਤੇ ਜਾ ਰਹੇ ਆ। ਕੇਂਦਰ ਸਰਕਾਰ ਨੇ ਲੋਕ ਸਭਾ ਵਿੱਚ NRI ਦੀ ਪ੍ਰੋਕਸੀ ਵੋਟਿੰਗ ਸੰਬੰਧੀ ਇੱਕ ਸੋਧ ਬਿੱਲ ਪਾਸ ਕੀਤਾ, ਕਰੋੜਾਂ NRIS ਨੂੰ ਪ੍ਰੋਕਸੀ ਵੋਟਿੰਗ ਦਾ ਹੱਕ ਦੇਣ ਦੀ ਸਰਕਾਰ ਦੀ ਤਿਆਰੀ ਹੈ। NRI ਆਪਣੇ ਵੋਟ ਦੇ ਇਸਤੇਮਾਲ ਲਈ ਕਿਸੇ ਹੋਰ ਨੂੰ ਕਰ ਸਕਣਗੇ ਨਾਮਜ਼ਦ। ਅਜੇ ਤੱਕ ਸਿਰਫ ਸਰਕਾਰੀ ਨੌਕਰੀ ਕਰ ਰਹੇ ਲੋਕਾਂ ਨੂੰ ਇਹ ਹੱਕ ਦਿੱਤਾ ਗਿਆ। 2003 ਵਿੱਚ ਭਾਰਤੀ ਫੌਜਾਂ ਲਈ ਇਹ ਪ੍ਰੋਕਸੀ ਵੋਟਿੰਗ ਦੀ ਸ਼ੁਰੂਆਤ ਹੋਈ ਸੀ ਅਤੇ ਉਹਦੀ ਉਦਾਹਰਣ ਵੀ ਵਾਰ ਵਾਰ ਦਿੱਤੀ ਜਾਂਦੀ ਹੈ। ਪ੍ਰੋਕਸੀ ਵੋਟਿੰਗ ਦੇ ਹੱਕ ਨਾਲ ਸਾਰੀਆਂ ਪਾਰਟੀਆਂ ਦੇ ਆਪੋ ਆਪਣੇ ਖਰਚੇ ਵੀ ਜੁੜ ਗਏ ਹੈਗੇ ਆ। ਸਿਆਸਤ ਤੇਜ਼ ਹੋ ਗਈ ਹੈ, ਜ਼ਿਆਦਾਤਰ ਵੱਡੀਆਂ ਪਾਰਟੀਆਂ ਨੂੰ ਲਾਹਾ ਮਿਲੇਗਾ, ਉਹੀ ਕਰਦੀਆਂ ਨੇ ਪਹੁੰਚ, ਇਹ ਗੱਲ ਵੀ ਕਹਿਣੀ ਸ਼ੁਰੂ ਹੋ ਚੁੱਕੀ ਹੈ। ਅਤੇ ਨਾਮਜ਼ਦ ਕੀਤੇ ਸ਼ਖਸ ਨੇ ਕਿਸ ਨੂੰ ਵੋਟ ਕੀਤਾ, ਕਿਵੇਂ ਤੈਅ ਹੋਵੇਗਾ, ਇਹ ਵੀ ਸਵਾਲ ਪੁੱਛਿਆ ਜਾਣ ਲੱਗ ਪਿਆ। ਇਸੇ ਕਰਕੇ ਅੱਜ ਅਸੀਂ ਬਹਿਸ ਕਰ ਰਹੇ ਹਾਂ ਅਤੇ ਜਦੋਂ ਲੋਕ ਸਭਾ ਵਿੱਚ ਸਾਰੀ ਕਾਰਵਾਈ ਹੋਈ ਹੈ ਤਾਂ ਉਦੋਂ ਕੀ ਕੁਛ ਕਿਹਾ ਮੰਤਰੀ ਸਾਹਿਬ ਨੇ, ਪਹਿਲਾਂ ਸੁਣ ਲਈਏ। ਬਿਕੋਜ਼ ਦੇ ਆਰ NRI, ਦੇਅਰਫੋਰ ਦੇ ਨੀਡ ਨਾਟ ਕਮ ਟੂ ਵੋਟ, ਦੇ ਕੈਨ ਅਲਾਉ ਅ ਪ੍ਰੋਕਸੀ ਟੂ ਵੋਟ ਫਾਰ ਦੈਮ ਐਂਡ ਦ ਰੂਲਸ ਸ਼ੈਲ ਆਥੋਰਾਈਜ਼ ਐਜ਼ ਟੂ ਅੰਡਰ ਵਾਟ ਕੰਡੀਸ਼ਨਸ ਅ ਪ੍ਰੋਕਸੀ ਵਿਲ ਵੋਟ। ਪ੍ਰੋਕਸੀ ਇਜ਼ ਅਲਾਉਡ ਇਨ ਕੰਪਨੀ ਲਾਅ ਐਂਡ ਅਦਰਸ, ਦੇ ਵਿਲ ਹੈਵ ਟੂ ਵੇਟ, ਦੇ ਵਿਲ ਹੈਵ ਟੂ ਕਨਫਰਮ ਐਂਡ ਦ ਹੋਲ ਪ੍ਰੋਸੈਸ ਵਿਲ ਬੀ ਦੇਅਰ ਸਰ। ਦੇਅਰਫੋਰ NRI ਦੋਸ ਵਿਲ ਬੀ ਅਲਾਉਡ ਹੂ ਆਰ ਸਿਟੀਜ਼ਨਸ ਆਫ ਇੰਡੀਆ ਨੰਬਰ 1, ਹੂ ਹੈਵ ਦੇਅਰ ਨੇਮਸ ਇਨ ਦ ਵੋਟਰ ਲਿਸਟ, ਸਟਿਲ ਦੇ ਹੈਵ ਦ ਨੇਮਸ, ਇਨਸਟੈਡ ਆਫ ਆਸਕਿੰਗ ਦੈਮ ਟੂ ਕਮ ਫਰੋਮ ਅਮੈਰੀਕਾ, ਇੰਗਲੈਂਡ ਔਰ ਰਸ਼ੀਆ ਟੂ ਵੋਟ ਇਨ ਦ ਕੰਸਟੀਟੂਐਂਸੀ, ਦੇ ਵਿਲ ਆਥੋਰਾਈਜ਼ ਦੇਅਰ ਕਨਫਰਮ ਪ੍ਰੋਕਸੀ ਟੂ ਵੋਟ ਔਨ ਦੇਅਰ ਬਿਹਾਫ ਸਰ। ਦੈਟ ਇਜ਼ ਦ ਓਨਲੀ ਲਿਮਿਟਡ ਥਿੰਗ, ਆਈ ਥਿੰਕ ਦਿਸ ਹਾਊਸ ਸ਼ੁਡ ਪਾਸ ਇਟ, ਇਟ ਇਜ਼ ਗੁੱਡ ਫਾਰ ਦ ਕੰਟਰੀ ਐਂਡ ਆਲਸੋ ਫਾਰ ਦ NRI ਸਰ। ਦਿਸ ਇਜ਼ ਮਾਈ ਹੋਲ, ਦਿਸ ਅ ਵੈਰੀ ਸਿੰਪਲ ਅਮੈਂਡਮੈਂਟ ਵੀ ਆਰ ਡੂਇੰਗ ਇਨ ਦ ਰੂਲਸ। ਯੂ ਆਰ ਅਵੇਅਰ ਦੈਟ ਮਿਲਟਰੀ ਪਰਸਨਲ ਕੈਨ ਵੋਟ ਬਾਈ ਪੋਸਟਲ ਬੈਲਟ, ਈਵਨ ਨਾਓ ਈ ਪੋਸਟਲ ਗੋਜ਼ ਟੂ ਦੈਮ। And sir, there have been many concerns, what about the migrant workers? All the migrant workers who go to different parts of India have their voter list in their respective constituency, and they have also got the right sir to get themselves registered in the area where they are working if they fulfill. ਸਵਾਲ ਇੱਕੋ ਹੀ ਪੁੱਛਾਂਗੇ, ਸਵਾਲ ਇਹ ਪੁੱਛਾਂਗੇ ਕਿ NRI ਵੋਟਰਾਂ ਨੂੰ ਪ੍ਰੋਕਸੀ ਵੋਟਿੰਗ ਦਾ ਹੱਕ ਦੇ ਨਾਲ 2019 ਦੇ ਸਿਆਸੀ ਸਮੀਕਰਨ ਕਿੰਨੇ ਬਦਲਣਗੇ, ਕਿਉਂਕਿ ਸਾਰਾ ਪਲਾਨ 2019 ਲਈ ਤਿਆਰ ਹੋ ਰਿਹਾ ਅਤੇ ਇਸੇ ਪਲਾਨ ਦੇ ਤਹਿਤ NRI ਦਾ ਜਿਹੜੇ ਹੁਣ ਨਜ਼ਰਾਂ 'ਚ ਆ ਕੇ ਹੈ। ਖਾਸ ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ, ਸਤਿੰਦਰ ਸਿੰਘ ਬੈਂਸ, ਸੀਨੀਅਰ ਪੱਤਰਕਾਰ ਨੇ, ਬੈਂਸ ਤੁਹਾਡਾ ਬਹੁਤ ਸਵਾਗਤ। CL ਬੈਂਸ ਸਾਹਿਬ, ਇਹ ਸਾਬਕਾ ਚੀਫ ਇਲੈਕਸ਼ਨ ਕਮਿਸ਼ਨਰ ਰਹਿ ਚੁੱਕੇ ਨੇ ਅਤੇ ਤੁਹਾਡਾ ਬਹੁਤ ਸਵਾਗਤ ਹੈ ਬੈਂਸ ਸਾਹਿਬ। ਇਹਨਾਂ ਨੂੰ ਵੋਟਿੰਗ ਪ੍ਰਕਿਰਿਆ ਦੀ ਪੂਰੀ ਜਾਣਕਾਰੀ ਹੈਗੀ ਹੈ, ਕਿਸ ਤਰੀਕੇ ਨਾਲ ਚੋਣ ਕਮਿਸ਼ਨ ਨਾਲ ਕੰਮ ਕਰਦਾ ਹੈਗਾ, ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਡਾਕਟਰ ਮੇਜਰ AP ਸੁਨਵਾਰੀਆ ਸਾਹਿਬ, ਭਾਰਤੀ ਜਨਤਾ ਪਾਰਟੀ ਤੋਂ ਨੇ, ਤਾਰਾ ਸਿੰਘ ਸੰਧੂ, ਡਾਕਟਰ ਤਾਰਾ ਸਿੰਘ ਸੰਧੂ ਕਾਂਗਰਸ ਤੋਂ ਨੇ, ਰਜੀਵ ਦਾਰਾ ਇਹ ਵੈਸੇ ਪੇਸ਼ੇ ਤੋਂ ਵਕੀਲ ਨੇ ਪਰ ਸਵਰਾਜ ਇੰਡੀਆ ਦੀ ਨੁਮਾਇੰਦਗੀ ਕਰਦੇ ਆ। ਰਜੀਵ ਦਾਰਾ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ। ਸਾਰੇ ਮਾਣਾਂ ਦਾ ਸਵਾਗਤ ਕਰਨ ਦੇ ਨਾਲ ਸਵਾਲ, NRI ਦੀ ਜ਼ਿਕਰ ਹਮੇਸ਼ਾ ਹੁੰਦਾ ਸੁਨਵਾਰੀਆ ਸਾਹਿਬ, ਜੋ NRI ਦਾ ਜ਼ਿਕਰ ਹੁੰਦਾ ਸਿਰਫ ਉਹਨਾਂ ਨੂੰ ਤੁਸੀਂ ਡਾਲਰਾਂ ਪਾਊਂਡਸ ਦੇ ਹਿਸਾਬ ਨਾਲ ਦੇਖਦੇ ਹੋ, ਮੋਦੀ ਸਾਹਿਬ ਬੜੇ ਦੇਸ਼ਾਂ ਦਾ ਦੌਰਾ ਕਰ ਚੁੱਕੇ ਆ ਅਤੇ ਹੁਣ NRI ਲਈ ਇੱਕ ਜਿਹੜਾ ਪਲਾਨ ਤਿਆਰ ਕੀਤਾ ਹੈਗਾ, ਉਸ ਪਲਾਨ ਦੇ ਤਹਿਤ NRI ਨੂੰ ਵੋਟਿੰਗ ਦੇਣ ਦਾ ਜਿਹੜਾ ਅਧਿਕਾਰ ਤੁਸੀਂ ਦੇਣ ਜਾ ਰਹੇ ਹੈਗੇ ਹੋ, ਉਹ ਰਾਜ ਸਭਾ ਦੇ ਵਿੱਚ ਇਮਤਿਹਾਨ ਹੋਵੇਗਾ। ਉਸ ਇਮਤਿਹਾਨ ਤੋਂ ਪਹਿਲਾਂ ਮੈਂ ਸਵਾਲ ਤੁਹਾਨੂੰ ਕਰਨਾ ਚਾਹੂੰਗਾ ਕਿ ਮੋਦੀ ਸਾਹਿਬ ਦਾ ਇਹ ਪਲਾਨ ਕਿੰਨਾ ਸਕਸੈਸਫੁਲ ਹੋਣ ਜਾ ਰਿਹਾ। KP ਜੀ, ਮੈਂ ਤਾਂ ਸਭ ਤੋਂ ਪਹਿਲੇ ਇਹ ਕਹਾਂਗਾ ਔਰ ਆਪ ਜੀ ਦੇ ਚੈਨਲ ਨਾਲ ਇਹ ਰਿਕੁਐਸਟ ਕਰਾਂਗਾ ਸਭ ਨੂੰ ਕਿ ਇਹਨੂੰ ਪੋਲੀਟੀਕਲ ਮੋਟੀਵੇਸ਼ਨ ਨਾਲ ਨਾ ਦੇਖਿਆ ਜਾਏ। ਜਿਹੜੇ ਸਾਡੇ ਹਿੰਦੁਸਤਾਨੀ ਵਾਸਿੰਦੇ ਜਿਹੜੇ ਨੇ ਉਹ ਬਾਹਰ ਰਹਿ ਰਹੇ ਜੋ ਕਰੋੜਾਂ ਦੀ ਤਾਦਾਦ 'ਤੇ ਨੇ ਔਰ ਆਪਣਾ ਪੂਰਾ ਕੋਸ਼ਿਸ਼ ਕਰਕੇ ਉਹ ਭਾਰਤ ਦੇ ਉਥਾਨ ਡਿਵੈਲਪਮੈਂਟ ਵਿੱਚ ਹੱਕ ਲਗਾਉਂਦੇ ਰਹੇ ਨੇ। ਵੱਖਰੀ ਵੱਖਰੀ ਸਰਕਾਰਾਂ ਨੇ ਉਹਨਾਂ ਦੇ ਵੋਟ ਦੇ ਉਹਨਾਂ ਦੀ ਡਿਮਾਂਡ ਕੋਈ ਅੱਜ ਨਹੀਂ ਉੱਠੀ ਸੀ, ਇਹ ਡਿਮਾਂਡ ਬਹੁਤ ਲੰਬੀ ਹੈ, ਬਟ ਕਿਸੇ ਵੀ ਸਰਕਾਰ ਨੇ ਇਹਨੂੰ ਬਹੁਤ ਸੀਰੀਅਸ ਤਰ੍ਹਾਂ ਤਾਂ ਨਹੀਂ ਲਿੱਤਾ। ਬਟ NDA ਗੌਰਮੈਂਟ ਲੈਡ ਬਾਈ ਸ਼੍ਰੀ ਨਰਿੰਦਰ ਮੋਦੀ ਜੀ ਟੁੱਕ ਦਿਸ ਪ੍ਰੋਬਲਮ ਬੜੀ ਬੜੀ ਸੀਰੀਅਸ ਨਾਲ ਇੱਦਾਂ ਉਹਨਾਂ ਨੂੰ ਲਿੱਤਾ ਕਿ ਜਿਹੜੇ ਸਾਡੇ ਕਰੋੜੋਂ ਭਾਈ ਅਤੇ ਭਰਾ
ਬਾਹਰ ਦੂਸਰੀ ਕੰਟਰੀ ਆ ਦੂਸਰੇ ਸਟੋਰ ਤੇ ਬੈਠੇ ਨੇ ਔਰ ਆਪਣੀ ਮਾਈਟ ਜੋ ਵੀ ਕੁਛ ਹੁੰਦੀ ਡਾਲਰ ਜਿਹੜੀ ਤੁਸੀਂ ਸੀਰੀਅਸਲੀ ਇਸ ਕਰਕੇ ਲਿੱਤਾ ਹੁਣ ਤੁਹਾਨੂੰ ਖਤਰਾ ਮਹਿਸੂਸ ਹੋਣ ਲੱਗ ਪਿਆ 2019 ਲਈ ਦੇਖੀਏ ਖਤਰੇ ਦੀ ਗੱਲ ਤਾਂ ਮੈਂ ਕਹਿਣਾ ਚਾਹੁੰਦਾ ਤੁਹਾਨੂੰ ਕਿ ਜਿਹੜੇ ਸਾਨੂੰ ਪਿਛਲੀ ਵਾਰ ਵੋਟ ਮਿਲੇ ਸੀ ਉਹ ਤੋਂ ਵੀ ਜ਼ਿਆਦਾ ਵੋਟ ਮਿਲਣੇ ਹੁਣ ਇਹ ਮੈਂ ਅੱਜ ਆਪ ਚੈਨਲ ਤੇ ਪੂਰੇ ਅਥੈਂਟਿਕ ਤੌਰ ਤੋਂ ਕਹਿੰਦਾ ਸਾਨੂੰ ਕੋਈ ਖਤਰਾ ਨਹੀਂ ਅਸੀਂ ਉਹਨ ਵੀਰ ਤੇ ਬਹਿਣਾ ਵਾਸਤੇ ਜਿਹੜੇ ਸਾਡੇ ਕੰਟਰੀ ਤੋਂ ਬਾਹਰ ਰਹਿ ਰਹੇ ਨੇ ਉਨਕੇ ਆਪਣੀ ਪ੍ਰੋਬਲਮ ਜੇ ਉਨਕੇ ਆਪਣੀ ਚ ਬਟ ਉਹਨਾਂ ਦਾ ਕੰਟਰੀਬਿਊਸ਼ਨ ਬਹੁਤ ਹੈ ਕੰਟਰੀ ਦੇ ਡਿਵੈਲਪਮੈਂਟ ਵਿੱਚ ਉਹਨਾਂ ਨੂੰ ਪੂਰਾ ਪੂਰਾ ਹੱਕ ਜਿੰਨਾ ਹੱਕ ਤੁਹਾਨੂੰ ਔਰ ਮੈਨੂੰ ਹੈ ਇੱਥੇ ਵੋਟ ਦੇਣ ਦਾ ਉਹਨਾਂ ਨੂੰ ਵੀ ਵੋਟਾਂ ਵਾਲੇ ਤੁਹਾਨੂੰ ਐਨਆਰਸੀ ਯਾਦ ਆ ਜਾਂਦੀ ਹੈ ਜਦੋਂ ਕੈਨੇਡਾ ਦਾ ਪ੍ਰਧਾਨ ਮੰਤਰੀ ਤੁਸੀਂ ਮਿਲਦੇ ਤੱਕ ਨਹੀਂ ਜਲਦੀ ਉਹ ਡਿਬੇਟ ਤੇ ਮੈਂ ਜਵਾਬ ਦੇ ਚੁੱਕਿਆ ਸੀ ਜਵਾਬ ਹੈ ਨਹੀਂ ਉਸ ਦਾ ਜਵਾਬ ਨਹੀਂ ਹੈਗਾ ਤੁਹਾਡੇ ਕੋਲੇ ਡਾਕਟਰ ਤਾਰਸ ਸੰਧੂ ਐਨਆਰਐਸ ਨੂੰ ਤੁਸੀਂ ਵੀ ਬਹੁਤ ਭਰਮਾਉਣ ਦੀ ਕੋਸ਼ਿਸ਼ ਕੀਤੀ ਸੀਗੀ ਇਹ ਹੁਣ ਮੋਰਚਾ ਮਾਰਨ ਵਾਲ ਅੱਗੇ ਵਧ ਰਿਹਾ ਹੈਗਾ ਰਾਜ ਸਭਾ ਵਿੱਚ ਰੱਥ ਰੋਕ ਲਓਗੇ ਭਰਮਾਉਣ ਦੀ ਨਹੀਂ ਕਿਉਂ ਰੋਕਣਾ ਵਧੀਆ ਵਧੀਆ ਕੰਮ ਕਰ ਰਿਹਾ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਐਨਆਰਆਈ ਨੂੰ ਦੂਰੀ ਨਾਗਰਿਕਤਾ ਦੇਣ ਦਾ ਜਿਹੜਾ ਇਹ ਕਾਂਗਰਸ ਪਾਰਟੀ ਦੇ ਵੇਲੇ ਡਾਕਟਰ ਮਨਮੋਹਨ ਸਿੰਘ ਹੁਣਾਂ ਵੇਲੇ ਇਹ ਕੋਸ਼ਿਸ਼ਾਂ ਹੋਈਆਂ ਉਹਦੇ ਅਗਲੇ ਪੜਾਅ 'ਚ ਇਹ ਕਰ ਰਹੇ ਆ ਇਹਦੇ 'ਚ ਕੋਈ ਸ਼ੱਕ ਨਹੀਂ ਰੱਖਿਆ ਸਾਹਮਣੇ 2019 ਹੈ ਕਿਉਂਕਿ ਦੋ ਪਹਿਲੂ ਹੈ ਇਹਦੇ 54 ਦੇਸ਼ਾਂ 'ਚ ਪ੍ਰਧਾਨ ਮੰਤਰੀ ਨੇ ਦੌਰਾ ਕੀਤਾ ਤੇ ਇਹ ਵਾਰ ਵਾਰ ਪੁੱਛਦੇ ਸੀ ਨਾ ਤੁਸੀਂ ਇੱਕ ਮਿੰਟ ਤਾਰਾ ਸੰਧੂ ਤੁਸੀਂ ਵਾਰ ਵਾਰ ਪੁੱਛਦੇ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਦੇਸ਼ ਕਿਉਂ ਜਾਂਦੇ ਲੱਗ ਗਿਆ ਪਤਾ ਹੁਣ ਲੱਗ ਗਿਆ ਹੁਣ ਇਹ ਸਵਾਲ ਲੱਗ ਗਿਆ ਪਤਾ ਪਰ ਨਾਲ ਦੀ ਨਾਲ ਇਹ ਹੈ ਵੀ ਜਿਹੜਾ ਐਵਰੇਜ ਹੁਣ ਮਾਰਜਨ ਘਟਦਾ ਜਾ ਰਿਹਾ ਜਿਹੜਾ ਵੋਟਾਂ ਦਾ ਤੇ ਹੁਣ ਫਿਰ ਮਾਈਕਰੋਸਕੋਪਿਕ ਢੰਗ ਨਾਲ ਦੇਖਣਾ ਵੀ ਕਿੱਥੋਂ ਕਿੱਥੋਂ ਬਣ ਸਕਦਾ ਇਹ ਉਹਦਾ ਸਿੱਟਾ ਪਰ ਓਵਰਆਲ ਇਹ ਗੱਲ ਚੰਗੀ ਹੈ ਚੰਗੀ ਗੱਲ ਸਵਾਗਤ ਠੀਕ ਹੈ ਅਰਜੀਤ ਗੁਜ਼ਾਰਾ ਸਾਹਿਬ ਤੁਸੀਂ ਸਵਾਗਤ ਕਰੋ ਸਰ ਬਹੁਤ ਸਾਰੇ ਸਵਾਲ ਨੇ ਤੇ ਜਿਵੇਂ ਪਾਰਲੀਮੈਂਟ ਦੇ ਵਿੱਚ ਵੀ ਡਿਫਰੈਂਟ ਪਾਰਟੀਆਂ ਜਿਹੜੇ ਸਵਾਲ ਚੁੱਕੇ ਸੀ ਕਿਸੇ ਵੀ ਸਵਾਗਤ ਤੇ ਨਿੰਦਾ ਵਿਰੋਧ ਤੋਂ ਬਿਯੋਂਡ ਵੀ ਗੱਲ ਹੁੰਦੀ ਹੈ ਬਿਹਤਰ ਪੋਲੀਟਿਕਸ ਦੇ ਵਿੱਚ ਬਿਹਤਰ ਵਿਚਾਰ ਦੇ ਵਿੱਚ ਇੱਥੇ ਵੀ ਉਹ ਸਵਾਲ ਨੇ ਇੱਕ ਸਭ ਤੋਂ ਵੱਡਾ ਸਵਾਲ ਜਿਹੜਾ ਉੱਭਰ ਕੇ ਆ ਰਿਹਾ ਕਿ ਜਦੋਂ ਤੁਸੀਂ ਪ੍ਰੋਕਸੀ ਵੋਟਿੰਗ ਕਰੋਗੇ ਤੇ ਸੰਵਿਧਾਨ ਤੇ ਸਾਡੇ ਰਿਪ੍ਰੈਜੈਂਟੇਸ਼ਨ ਆਫ ਪੀਪਲਸ ਐਕਟ ਦਾ ਜਿਹੜਾ ਬੇਸਿਕ ਸਿਧਾਂਤ ਹੈ ਸੀਕ੍ਰੈਟ ਬੈਲਟ ਉਹਨੂੰ ਕਿਵੇਂ ਐਡਰੈਸ ਕਰੋਗੇ ਠੀਕ ਹੈ ਉਹਦੇ ਨਾਲ ਕੀ ਹੋਇਆ ਠੀਕ ਹੈ ਇਹ ਸਵਾਲ ਉੱਠ ਰਹੇ ਨੇ ਇਸ ਕਰਕੇ ਪੋਸਟਲ ਦੀ ਗੱਲ ਆਈ ਡਿਜੀਟਲ ਵੋਟ ਦੀ ਗੱਲ ਆਈ ਬਹੁਤ ਸਾਰੇ ਵਿਚਾਰ ਨੇ ਐਨ ਆਰ ਆਈ ਦੀ ਕੰਟਰੀਬਿਊਸ਼ਨ ਉਹਨਾਂ ਦੇ ਰਾਈਟ ਉਹ ਇੱਕ ਗੱਲ ਨੇ ਪਰ ਜਿਹੜੇ ਬਾਕੀ ਲਾਜ਼ ਨੇ ਉਹਦੇ ਨਾਲ ਕਿਵੇਂ ਡੀਲ ਕਰਨਾ ਹੈ ਉਹਦੇ ਮੁਤਾਬਿਕ ਕਿਵੇਂ ਹੋਏ ਬੇਸਿਕ ਪ੍ਰਿੰਸੀਪਲ ਨੂੰ ਕਿਵੇਂ ਬਚਾਇਆ ਜਾ ਸਕੇ ਉਹ ਦੂਜਾ ਸਵਾਲ ਹੈ ਜਿਹੜਾ ਸਨਵਾਰੀਆ ਸਾਹਿਬ ਨੇ ਕਿਹਾ ਕਿ ਇਸ ਇਸ਼ੂ 'ਤੇ ਪੋਲੀਟੀਕਲ ਨਾ ਬਣਾਇਆ ਜਾਵੇ ਮੈਨੂੰ ਤਾਂ ਸਮਝ ਨਹੀਂ ਆਉਂਦਾ ਕਿ 1 ਕਰੋੜ ਤੋਂ ਵੱਧ ਬੰਦਿਆਂ ਨੂੰ ਵੋਟ ਦਾ ਰਾਈਟ ਮਿਲੇਗਾ ਪ੍ਰੋਕਸੀ ਰਾਈਟ ਮਿਲੇਗਾ 54 ਕੰਟਰੀਜ਼ ਦੇ ਵਿੱਚ ਮੋਦੀ ਸਾਹਿਬ ਜਾ ਚੁੱਕੇ ਐਨ ਆਰ ਆਈ ਨੂੰ ਐਡਰੈਸ ਕਰ ਚੁੱਕੇ 1 ਕਰੋੜ 10 ਲੱਖ ਕੁਛ ਦੱਸੇ ਜਾ ਰਹੇ ਨੇ ਐਨ ਆਰ ਆਈ ਸੇ ਉਹਨਾਂ ਨੂੰ 543 'ਚ ਡਿਵਾਈਡ ਕਰ ਦਈਏ ਤਾਂ 21,000 ਵੋਟ ਇੱਕ ਕੋਨਸਟੀਚੁਐਂਸੀ ਦੇ ਵਿੱਚ ਫਰਕ ਪਏਗਾ ਠੀਕ ਹੈ ਇਸ ਹਾਲਤ ਦੇ ਵਿੱਚ ਇਹ ਕਹਿਣਾ ਕਿ ਇਹਨੂੰ ਰਾਜਨੀਤਿਕ ਤੌਰ 'ਤੇ ਨਾ ਵੇਖਿਆ ਜਾਵੇ ਇਟ ਇਜ਼ ਅ ਬਿਗ ਕੁਐਸਚਨ ਉਹਨਾਂ ਨੇ ਤਾਂ ਆਪਦੀ ਸਕੇਮ ਸੇਵ ਕਰਨੀ ਸੀ ਨਾ ਉਹਨਾਂ ਨੇ ਸਕੇਮ ਸੇਵ ਕਰਨੀ ਸੀ ਲਾਸਟ ਗੱਲ ਮੋਰ ਓਵਰ ਇਸ ਪ੍ਰਸਥਿਤੀਆਂ 'ਤੇ ਵੇਖਿਆ ਜਾਵੇ ਜਦੋਂ ਮੋਦੀ ਸਾਹਿਬ 54 ਕੰਟਰੀਜ਼ ਦੇ ਵਿੱਚ ਜਾ ਕੇ ਐਨ ਆਰ ਆਈਜ਼ ਨੂੰ ਐਡਰੈਸ ਕਰ ਰਹੇ ਨੇ ਜਿਹੜਾ ਕਿ ਸਵਾਲ ਉੱਠ ਰਿਹਾ ਕਿ ਉਹਦੇ ਪਿੱਛੇ ਆਈਡੀਆ ਕੀ ਸੀ ਤੁਸੀਂ ਵੀ ਕਿਹਾ ਕਿ ਹੁਣ ਪਤਾ ਲੱਗ ਗਿਆ ਦੂਜੇ ਪਾਸੇ ਅਸੀਂ ਇਹ ਵੀ ਯਾਦ ਰੱਖੀਏ ਪਿਛਲੇ ਦਿਨਾਂ ਹੀ ਇੱਥੇ ਤੁਸੀਂ ਡਿਬੇਟ ਕੀਤੀ ਸੀ ਪੰਜਾਬ ਦੇ ਦੋ ਵਿਧਾਇਕ ਕੈਨੇਡਾ ਗਏ ਉਹਦੇ 'ਚ ਬਹੁਤ ਸਾਰੀ ਗੱਲਾਂ ਉੱਠੀਆਂ ਕਿਉਂ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਉਹ ਰਿਪੋਰਟ ਸੀ ਕੀ ਸੀਗਾ ਕੀ ਨਹੀਂ ਸੀ ਪਰ ਇੱਕ ਗੱਲ ਉਹਦੇ 'ਚ ਬਾਰ ਬਾਰ ਆ ਰਹੀ ਸੀ ਕਿ ਉਹਨਾਂ ਨੇ ਜਾ ਕੇ ਉੱਥੇ ਇਹ ਕਹਿਤਾ ਕਿ ਅਸੀਂ ਜੀ ਵਰਕਰਸ ਨੂੰ ਐਡਰੈਸ ਵੀ ਕਰਨਾ ਪੋਲੀਟੀਕਲ ਐਕਟੀਵਿਟੀ ਵੀ ਕਰਨੀ ਹੈ ਜਿਹੜਾ ਕਿ ਉਹਨਾਂ ਨੇ ਵਿਜੇ 'ਚ ਨਹੀਂ ਲਿਖਿਆ ਸੀ ਇਹ ਜੇ 1 ਕਰੋੜ ਤੋਂ ਵੱਧ ਵੋਟਰ ਜਿੱਥੇ ਹੈ ਬਾਕੀ ਪਾਰਟੀਆਂ ਨੂੰ ਉਹਨਾਂ ਨੂੰ ਐਡਰੈਸ ਕਰਨ ਦਾ ਕੋਈ ਸਪੇਸ ਹੀ ਨਹੀਂਗਾ ਤੇ ਪ੍ਰਧਾਨ ਮੰਤਰੀ ਸਰਕਾਰ 'ਚ ਜਿਹਦੇ ਵਿੱਚ ਹੋਏਗਾ ਇਹ ਜਿਹੜੇ ਸਵਾਲ ਨੇ ਇਹਨਾਂ ਸਵਾਲਾਂ ਦੇ ਸਵਾਲਾਂ ਨੂੰ ਐਡਰੈਸ ਕਰਨ ਦੀ ਲੋੜ ਹੈ ਇਹਨਾਂ ਦੇ ਜਵਾਬ ਦੇਣ ਦੀ ਲੋੜ ਹੈ ਉਹਨਾਂ ਦੇ ਕੰਟਰੀਬਿਊਸ਼ਨ ਨੂੰ ਤਾਰੀਫ ਕਰਨੀ ਚਾਹੀਦੀ ਹੈ ਐਕਸੈਪਟ ਕਰਨਾ ਚਾਹੀਦਾ ਹੈ ਦੈਟ ਇਜ਼ ਅਨਡਿਸਪਿਊਟੇਬਲ ਬਟ ਸਿਰਫ ਉਸ ਗੱਲ ਦੇ ਉੱਤੇ ਇੰਨੇ ਵੱਡਾ ਫੈਸਲਾ ਕੇਂਦਰਿਤ ਹੋ ਜੇ ਇਹ ਠੀਕ ਕਿਤੇ ਨਾ ਕਿਤੇ ਕਮਜ਼ੋਰ ਗੱਲ ਸਤਿੰਦਰ ਬੈਸ ਜੀ ਤੁਹਾਡੀ ਕੀ ਟਿੱਪਣੀ ਹੈ ਦੇਖੋ ਮੈਂ ਤਾਂ ਸਮਝਦਾ ਜੀ ਬੜੇ ਸਿੱਧੇ ਤੌਰ ਦੇ ਉੱਤੇ ਇੱਕ ਬਹੁਤ ਵੱਡਾ ਇਲੈਕਟੋਰਲ ਸਕੈਮ ਜਿਹੜਾ ਆਪਾਂ ਕਹਿ ਸਕਦੇ ਹਾਂ ਸਕੈਮ ਬਿਲਕੁਲ ਬਿਲਕੁਲ ਦੇਖੋ ਮੈਂ ਸ਼ਬਦ ਨੋਟ ਕਰ ਰਿਹਾ ਭੁੱਲ ਨਾ ਜਾਵਾਂ ਪ੍ਰੌਕਸੀ ਜਿਹੜੀ ਵੋਟਿੰਗ ਹੈ ਉਹ ਆਪਣੇ ਆਪ 'ਚ ਇੱਕ ਬਹੁਤ ਵੱਡਾ ਫਰਾਡ ਹੈਗਾ ਪ੍ਰੌਕਸੀ ਵੋਟਿੰਗ ਤੁਸੀਂ ਜਿਹੜਾ ਬੰਦਾ ਪ੍ਰੌਕਸੀ ਵੋਟ ਪਾਏਗਾ ਉਹਦੀ ਕੀ ਗਰੰਟੀ ਆ ਜਿਹੜਾ ਸਵਾਲ ਤੁਸੀਂ ਚੁੱਕਿਆ ਨਾ ਪ੍ਰੌਕਸੀ ਇਹ ਪ੍ਰੌਕਸੀ ਵਾਲਾ ਸਵਾਲ ਉੱਥੇ ਵੀ ਚੁੱਕਿਆ ਗਿਆ ਕਿ ਇਹਦੇ ਪ੍ਰੌਕਸੀ ਬਹੁਤ ਵਧੀਆ ਸ਼ਬਦ ਹੈ ਇੱਕ ਮਿੰਟ ਜਿਹੜੇ ਆਪਣੇ ਫੌਜੀ ਹੈ ਫੌਜੀਆਂ ਦਾ ਜ਼ਿਕਰ ਕਰ ਰਹੇ ਉਹਨਾਂ ਪੋਸਟਲ ਬੈਲਟ ਹੈ ਉਹਦੀ ਸਿਕਰੇਸੀ ਹੁੰਦੀ ਹੈ ਠੀਕ ਹੈ ਨਾ ਉਹਦੀ ਕੋਈ ਸਿਕਰੇਸੀ ਨਹੀਂ ਜਿਵੇਂ ਉਹਨਾਂ ਨੇ ਸਵਾਲ ਕੀਤਾ
हाँ ई ई बैलेट पेपर जिद कोई एक कोड हो स्पेसीफिक जो अपना कोड एन आर आई पावे तो सीधी वोट पोल हो जाए वह पॉसीबल पॉसीबिलिटी बन सकती है वो चलो उन्होंने एक राइट मिल गया पर जी प्रोक्सी वोटिंग है वो तो लोकल गवर्नमेंट हैगी है इतने उन्होंने रिश्तेदार इन्फ्लुएंस किया जा सकता है उन्होंने जो दोस्त मित्र उन्होंने इन्फ्लुएंस किया जा सकता है सो यह जो बिल्कुल ही टोटल बहुत वाला फ्रॉड है स्कैम वाली गल फ्रॉड वाली गल बिल्कुल नहीं ठीक है मैं थोड़ा ब्रेक ब्रेक तो वापस आवा कि इलेक्शन कमीशन जो किस तरीके का काम करता है चोन कमीशन सा किस तरीके का काम करता है सवाल उन्होंने भी बहुत सारे है क्योंकि चोन प्रक्रिया जी उससे सवाल उठते ईवीएम से सवाल उठते पे है जो सियासत ईवीएम से केंद्रित हो जाए हूँ प्रोक्सी वोटिंग की गल आ रही है उनसे सवाल उठने लाजमी है कि एन आर आई वोटर से प्रोक्सी वाला प्लान है जोड़ा वो कि कामयाब होगा ब्रेक तो वापस आकर सवाल पूछेंगे जरूर कैनरी वोटर प्रोक्सी वोटिंग का हक देना 2019 के सियासी समीकरण किन्ने बदलन के हालांकि बड़ा लंबा प्रोसैस है पर इस लंबे प्रोसैस तो पहला जो सवाल ना पूछे तो फिर पता नहीं की हो जाएगा बैंस साहब सवाल इस करके पूछ रहे हैं बैंस साहब सवाल इस करके पूछ रहे हैं क्योंकि एक बैंस साहब ने गल कहती है कि बहुत वड्डा स्कैम है इलेक्शन कमीशन तुम उस काम किया सारे प्रोसैस के लंघे हो किस तरीके काम करेगा मैं ये बारे कहना चाहता कि बेसिक जो इशू है वो अलाओ करना एन आर आईज़ नू वोट पाना बाई प्रोक्सी जिथे तक सवाल है वोट पाउण दा वो बहुत जरूरी है इन द इंटरेस्ट ऑफ इक्वैलिटी जे तुसी कंट्री दे बंदे जिहड़े इत्थे रहिंदे उहनां नू हक है वोट पाउण दा ते वाई नॉट टू एन आर आईज़ हुण जिहड़े फौजी आ उह वी तां वोट पाउंदे ही आ बाई थ्रू पोस्टल बैलेट जे प्रोक्सी वोट लई कहा जांदा मान लो मैं नॉमिनेट करदा भाई तू जाके वोट पाया की पता कि वोट पा गया बेसिक क्वेश्चन इज सीक्रेट बैलेट सवाल है वोट दिस इन्फ्लुएंस हो जाएगा दैट्स अनदर इशू वो बंदा जेड़ा उन्हें भेजना प्रोक्सी ओदे कॉन्फिडेंस दा बंदा होएगा ये नहीं होएगा कि बंदे नु कुछ कहेगा तो कुछ नहीं किसी नु पाया बैंस साहब असि आदे घरे नहीं दसदे किस नु मैं किनु वोट पान जा रहे हैं एंड सीक्रेट बैलेट डजंट अलाउ दिस सीक्रेट बैलेट दा प्रिंसिपल दा अलाउ नहीं करदा जिम्मेवार अधिकारी रहे हो बैंस साहब तुसी ये गल कह रहे हो नहीं नहीं मैं ये कह रहा हूं मैं ये कह रहा हूं जेड़ा बंदा एनआरआई है वो फिर उठो 2 लाख 4 लाख रुपए खर्च के आऊगा वोट पान नहीं नहीं ये बैलेट पेपर है ये तो अनजस्ट है इट्स अ बड़ी कंट्री द बहुत इज द क्वालिटी ऑफ सिटीजन नहीं नहीं एक मिनट बैंस साहब फौजियां नु प्रॉक्सी वोटिंग क्यों अलाउड नहीं फौजियां नु क्यों नहीं फौजी बैलेट पेपर थ्रू भेज दे वो तो इथे हैगे पोस्टल बैलेट जो नाम ही प्रोक्सी आ गया फिर उन्दे विच की नहीं प्रोक्सी तो हैगी है तुहाडी वोट मैं पा रहा नहीं नहीं ये तुसीं प्रोक्सी दी जगह होर नाम यूज कर दो प्रोक्सी बदनाम करके तुसीं कह रहे हो प्रोक्सी नो 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 सर नो 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 गलत है प्रोक्सी तो बस क्लियर कर दे ठीक तुसीं दूजी नु एडवाइस करोगे अधिकार देना चाहिदा कि नहीं ये दिस इज नॉट जस्टिस है कि नहीं सर वो इन द इंटरेस्ट ऑफ जस्टिस सर वोट द राइट है तभी प्रोक्सी द राइट मिलेगा ना गलत अगली है वोट होते तो सवाल ही है नहीं ये नहीं ये नहीं सवाल तो ऑलरेडी है वोट तो है ऑलरेडी कितने आओगे अंदर कितने जो एनआरआई है
ਮੰਨ ਲਓ ਕਰੋੜ ਤੋਂ ਉੱਪਰ ਹੈਗਾ ਪਰ ਸਾਰਿਆਂ ਦੇ ਵੋਟਾਂ ਨਹੀਂ ਬਣੀਆਂ ਹੋਈਆਂ ਕਿ ਉਹਨਾਂ ਨੂੰ ਵੋਟ ਬਣਾਉਣੇ ਇੱਥੇ ਇੱਥੇ ਵਾਲਾ ਪੂਰਾ ਤਾਂ ਬਣੇਗੀ ਆ ਪਹਿਲਾਂ ਇਹ ਪੁਆਇੰਟ ਵੀ ਕਹਿੰਦਾ ਬੇਸਿਕ ਇਹ ਤਾਂ ਕੀ ਹੈ ਉਹਨੂੰ ਪਹਿਲਾਂ ਰਜਿਸਟਰ ਕਰਾਉਣਾ ਪੈਣਾ ਹਲੇ ਵੋਟ ਤਾਂ ਫੇਰ ਹੀ ਪਾਉਣਾ ਉਹ ਤਾਂ ਹਲੇ ਵੋਟ ਇੱਥੇ ਜਿਹੜੇ ਬੰਦੇ ਰਹਿੰਦੇ ਆ ਉਹਨਾਂ ਦੀ ਵੋਟਾਂ ਕੱਟ ਦਿੰਦੇ ਆ ਐਨ ਆਰ ਆਈ ਕਿਹੜੀ ਬਾਗ ਦੀ ਉਂਗਲੀ ਕਰਦੇ ਆ ਉਹ ਸੈਕੰਡਰੀ ਇਸ਼ੂ ਆ ਬੇਸਿਕ ਇਹ ਗੱਲ ਲੈ ਕੇ ਉਹਨੂੰ ਪਹਿਲਾਂ ਰਜਿਸਟਰ ਕਰਾਉਣਾ ਪਏ ਸਾਡੇ ਈਵੀਐਮ ਇੱਕ ਵੇਲੇ ਬੜੇ ਪ੍ਰਸ਼ਨ ਉਠਾ ਰਹੇ ਆ ਅਰਜੀਵ ਦਰਾ ਸਾਹਿਬ ਤੁਸੀਂ ਨਾਲ ਵਕੀਲ ਵੀ ਹੋ ਬੇਸਿਕ ਰੂਲ ਇਹ ਕਹਿੰਦੇ ਆ ਕਿ ਉਹਨੂੰ ਪਹਿਲਾਂ ਰਜਿਸਟਰ ਕਰਾਉਣਾ ਪਊਗਾ ਕਰਾਉਣਾ ਪਏਗਾ ਇੱਕ ਇਹ ਵੀ ਉਹ ਕੋਈ ਇੱਥੋਂ ਦੀ ਸਿਟੀਜ਼ਨਸ਼ਿਪ ਰੱਖਦਾ ਹੋਵੇ ਹੋਵੇਗਾ ਠੀਕ ਹੈ ਦਰਾ ਸਾਹਿਬ ਜਿਹੜੇ ਹੁਣ ਇਹ ਚੀਜ਼ਾਂ ਜਿਹੜੀਆਂ ਜੇ ਸਰਕਾਰ ਕੁਛ ਕਰ ਰਹੀ ਹੈ ਤਾਂ ਕੋਈ ਸੋਚ ਕੇ ਕਰਦੀ ਵੀ ਹੋਵੇ ਨਾ ਸਰ ਇਹ ਸਾਰੀ ਬਹਿਸ ਨੂੰ ਡਿਸਟਰੈਕਟ ਨਾ ਕਰੀਏ ਇਹਦੇ ਵਿੱਚ ਕੋਈ ਸਵਾਲ ਦਿੱਕਤ ਹੀ ਨਹੀਂ ਗੀ ਜਿਹੜਾ ਵੋਟਰ ਹੋਏਗਾ ਇੱਥੋਂ ਦਾ ਵੋਟਰ ਬਣਨ ਦਾ ਰਾਈਟ ਰੱਖਦਾ ਹੋਏਗਾ ਉਹਨੂੰ ਹੀ ਤਾਂ ਰਾਈਟ ਮਿਲਣਾ ਉਹਦੇ 'ਚ ਤਾਂ ਕੋਈ ਡਿਸਪਿਊਟ ਹੈ ਨਹੀਂ ਉੱਥੇ ਕੌਣ ਡਿਸਪਿਊਟ ਕਰ ਰਿਹਾ ਕਿ ਜਿਹੜਾ ਇੱਕ ਵਾਰ ਉੱਥੋਂ ਚਲਾ ਗਿਆ ਉਹਦਾ ਵੋਟ ਨਾ ਬਣਾਓ ਇਹ ਤਾਂ ਕੋਈ ਡਿਸਪਿਊਟ ਹੈ ਨਹੀਂ ਡਿਸਪਿਊਟ ਕਿਹੜੀ ਗੱਲ ਦਾ ਪ੍ਰੋਕਸੀ ਵੋਟਿੰਗ ਦਾ ਮਤਲਬ ਹੈ ਕਿ ਇੱਕ ਬੰਦਾ ਦੂਜੇ ਨੂੰ ਆਥੋਰਾਈਜ਼ ਕਰੇਗਾ ਜਿਹੜਾ ਸੀਕ੍ਰੈਟ ਬੈਲਟ ਨੂੰ ਭੰਗ ਕਰਦਾ ਦਿਸ ਆਈਡੀਆ ਨੂੰ ਇਹਦੇ 'ਚ ਰੂਲਸ ਇਹਦੇ ਬਾਰੇ ਨਹੀਂ ਬਣਨੇ ਰੂਲਸ ਇਹਦੇ ਬਾਰੇ ਬਣਨੇ ਨੇ ਤੁਹਾਨੂੰ ਵੋਟ ਬਣਾਉਣ ਵਾਸਤੇ ਕੀ ਕਰਨਾ ਪਏਗਾ ਤੁਸੀਂ ਐਨ ਆਰ ਆਈ ਹੈਗੇ ਹੋ ਤੁਸੀਂ ਆਪ ਹੀ ਹੋ ਤੁਹਾਡਾ ਵੋਟਰ ਕਾਰਡ ਦੇ ਜਿਹੜਾ ਇੱਥੇ ਵੇਖਦੇ ਆਪਾਂ ਉਹ ਤੁਸੀਂ ਆਥੋਰਾਈਜ਼ ਕਰ ਰਹੇ ਹੋ ਕੋਈ ਹੋਰ ਕਰ ਰਿਹਾ ਇਹ ਤੁਹਾਨੂੰ ਵੇਖਣਾ ਪਏਗਾ ਜਿਹਨੂੰ ਤੁਸੀਂ ਅਥੋਰਾਈਜ਼ ਕੀਤਾ ਉਹ ਵੀ ਵੋਟ ਪਾ ਰਿਹਾ ਕਿ ਨਹੀਂ ਪਾ ਰਿਹਾ ਇਹ ਵੇਖਣਾ ਪਏਗਾ ਬਟ ਸੀਕ੍ਰੇਸੀ ਦਾ ਜਿਹੜਾ ਬੇਸਿਕ ਪ੍ਰਿੰਸੀਪਲ ਹੈ ਸਾਡੇ ਸੰਵਿਧਾਨ ਦਾ ਤੇ ਰਿਪ੍ਰੈਜੈਂਟੇਸ਼ਨ ਆਫ ਪੀਪਲਸ ਐਕਟ ਦਾ ਉਹਦਾ ਕੀ ਹੋਏਗਾ ਸਵਾਲ ਇਹ ਹੈ ਇਸ ਕਰਕੇ ਜਿਹੜੇ ਬਾਕੀ ਗੱਲਾਂ ਨੇ ਜਿਹੜੀ ਵੋਟ ਹੋਏ ਬਿਨਾਂ ਤੇ ਬਹਿਸ ਹੀ ਨਹੀਂ ਹੋਣੀ ਸੀ ਜੇ ਵੋਟ ਨਹੀਂ ਹੈਗਾ ਤਾਂ ਬਹਿਸ ਕਾਦੀ ਹੈ ਜਿੱਥੇ ਤੱਕ ਵਿਸ਼ਵਾਸ ਦੀ ਗੱਲ ਹੈ ਜੋ ਇਹਨਾਂ ਨੇ ਕਿਹਾ ਕਿ ਜੇ ਤੁਸੀਂ ਇੱਕ ਫੌਜੀ ਨੂੰ ਇਹ ਕਹਿੰਦੇ ਹੋ ਕਿ ਪੋਸਟਲ ਬੈਲਟ ਰਾਹੀਂ ਭੇਜੋ ਹੈ ਨਾ ਕੀ ਤੁਸੀਂ ਉਸ 'ਤੇ ਘੱਟ ਵਿਸ਼ਵਾਸ ਕਰਦੇ ਹੋ ਜੇ ਇਸ ਤਰ੍ਹਾਂ ਆਰਗੂਮੈਂਟ ਕਰਨਾ ਤਾਂ ਵਿਸ਼ਵਾਸ ਤਾਂ ਉਹਦੇ ਵੀ ਕਰਦੇ ਹੋ ਨਾ ਕਿ ਉਹਦਾ ਰਾਈਟ ਹੈ ਠੀਕ ਫੈਸਲਾ ਕਰੇਗਾ ਐਨ ਆਰ ਆਈ 'ਤੇ ਵੀ ਵਿਸ਼ਵਾਸ ਹੈ ਜਿਹੜਾ ਇੱਥੇ ਵੋਟਰ ਦਾ ਵਾਸਤੇ ਐਲੀਜੀਬਲ ਹੈ ਉਹਨੂੰ ਕੋਈ ਰੋਕਣ ਦਾ ਤਰੀਕਾ ਨਹੀਂ ਮਤਲਬ ਨਹੀਂਗਾ ਸਵਾਲ ਪ੍ਰੋਕਸੀ ਦਾ ਹੈ ਅਤੇ ਤੁਸੀਂ ਸੀਕ੍ਰੈਟ ਬੈਲਟ ਦੇ ਜਿਹੜਾ ਆਈਡੀਆ ਉਹ ਸੀਕ੍ਰੈਟ ਬੈਲਟ ਹੈ ਉਹਨੂੰ ਕਿਵੇਂ ਤੋੜ ਰਹੇ ਹੋ ਉਹਦਾ ਹੱਲ ਕੀ ਕੱਢੋਗੇ ਉਹ ਕਿਵੇਂ ਤੋੜ ਸਕਦੇ ਤੁਸੀਂ ਦੈਟ ਇਜ਼ ਦਾ ਬੇਸਿਕ ਕੁਐਸਚਨ ਮੈਂ ਇਹ ਕਹਾਂਗਾ ਜਿਹੜਾ ਤੁਸੀਂ ਕਹਿੰਦੇ ਸੀਕ੍ਰੇਸੀ ਦਾ ਹੈ ਜੇ ਜਿਹੜਾ ਬੰਦਾ ਕਹਿੰਦਾ ਵੀ ਮੈਂ ਵੋਟ ਉਹਨੂੰ ਕਹਿਤਾ ਕਿਸੇ ਰਿਸ਼ਤੇਦਾਰ ਨੂੰ ਜਾਂ ਕਿਸੇ ਬੰਦੇ ਨੂੰ ਵੀ ਉਹਨੇ ਜਾ ਕੇ ਵੋਟ ਪਾ ਦਿੱਤੀ ਉਹਨੂੰ ਉਹਨੂੰ ਕਿੱਦਾਂ ਸੀਕ੍ਰੇਸੀ ਵਾਇਲੇਟ ਹੁੰਦੀ ਹੈ ਕਿਸੇ ਨੇ ਤੁਸੀਂ ਚੁਣਾਵ ਆਇਓ ਜੀ ਰਹੇ ਹੋ ਤੁਸੀਂ ਦੱਸੋ ਕੋਈ ਬੰਦਾ ਜਾਂਦਾ ਹੈ ਮੈਂ ਕਹਿੰਦਾ ਸਤਾਰਾ ਸਿੰਘ ਜੀ ਮੇਰੀ ਵੋਟ ਪਾਣੀ ਦੀ ਸੀਕ੍ਰੇਸੀ ਨਹੀਂ ਹੈ ਕੀ ਗੱਲ ਕਰਦੇ ਹੋ ਤੁਸੀਂ ਨਹੀਂ ਨਹੀਂ ਇੱਕ ਮਿੰਟ ਸੀਕ੍ਰੇਸੀ ਦੀ ਆਈਡੀਆ ਨੇ ਤੁਸੀਂ ਇਹਦਾ ਮਿਸਲ ਬੈਨ ਕਰ ਰਹੇ ਹੋ ਇੱਕ ਮਿੰਟ ਪਰਿਵਾਰ ਦੇ ਵਿੱਚ ਕਿਸੇ ਜ਼ਿੰਮੇਵਾਰੀ ਲੈਂਦੇ ਤੇ ਕੀ ਸਵਾਲ ਉੱਠਣਾ ਮੈਨੂੰ ਉਸ ਤੇ ਹੀ ਸਵਾਲ ਹੈ ਮੈਨੂੰ ਉਸ ਤੇ ਹੀ ਸਵਾਲ ਹੈ ਤੁਸੀਂ ਆਪਦੀ ਤੁਸੀਂ ਜਿਹੜੀ ਡਿਊਟੀ ਨਹੀਂ ਨਹੀਂ ਬੈਂਸ ਸਾਹਿਬ ਤੁਸੀਂ ਜਿਹੜੀ ਡਿਊਟੀ ਨਿਭਾਈ ਹੈ ਉਸ ਦੇ ਆਧਾਰ ਤੇ ਬੋਲ ਰਹੇ ਹੋ ਜਾਂ ਹੁਣ ਮੋਦੀ ਸਾਹਿਬ ਦਾ ਇਨਫਲੂਐਂਸ ਆ ਤੁਹਾਡੇ ਤੇ ਨਹੀਂ ਨਹੀਂ ਮੇਰੇ ਤੇ ਮੈਂ ਤਾਂ ਰਿਟਾਇਰਡ ਬੰਦਾ ਹਾਂ 10 ਸਾਲ ਹੋ ਗਏ ਮੈਨੂੰ ਰਿਟਾਇਰ ਹੋਏ ਮੇਰੇ ਤੇ ਕੋਈ ਇਨਫਲੂਐਂਸ ਨਾ ਮੈਂ ਜਦੋਂ ਸਰਵਿਸ ਸੀ ਉਦੋਂ ਵੀ ਮੇਰੇ ਤੇ ਕੇਸ ਹੋਏ ਸੀ ਅੱਛਾ ਠੀਕ ਹੈ ਮੈਂ ਦੱਸਾਂ ਇੱਕ ਪਰਿਵਾਰ ਦੇ ਵਿੱਚ ਇੱਕ ਪਰਿਵਾਰ ਅਲੱਗ ਅਲੱਗ ਪਾਰਟੀਆਂ ਸਪੋਰਟਰ ਹੁੰਦੇ ਆ ਆਪਣੇ ਇੱਕ ਬ੍ਰਦਰ ਨੇ ਉੱਥੇ ਕਹਿਤਾ ਤੂੰ ਕਾਂਗਰਸ ਨੂੰ ਪਾਦੀ ਮੈਂ ਹੈਗਾ ਇੱਥੇ ਬੀਜੇਪੀ ਦਾ ਸਪੋਰਟਰ ਮੈਂ ਕਿਹਾ ਤੁਸੀਂ ਇਹ ਕਹਿੰਦੇ ਪਤਾ ਨਹੀਂ ਕਿਹਨੂੰ ਇੱਕ ਮਿੰਟ ਮੈਂ ਜਵਾਬ ਦਿੰਦਾ ਆ ਲੈ ਲਈ ਜਵਾਬ ਲੈ ਮੈਂ ਜਵਾਬ ਦਿੰਦਾ ਕਿ ਜਦੋਂ ਤੁਸੀਂ ਕਹਿੰਦੇ ਪਤਾ ਨਹੀਂ ਕਿਹਨੂੰ ਵੋਟ ਪਾ ਜਦੋਂ ਵੋਟ ਕੋਈ ਬੰਦਾ ਹੈ ਜਿਹਨੂੰ ਪਾ ਕੇ ਆਉਂਦਾ ਉਹ ਦੱਸਦਾ ਥੋੜੀ ਕਿਸੇ ਨੂੰ ਵੀ ਮੈਂ ਉਹਦੀ ਕਾਪੀ ਐਨ ਆਰ ਆਈ ਨੂੰ ਭੇਜੀ ਜਾਵੇ ਤਾਂ ਉਹਨੂੰ ਪਤਾ ਲੱਗੇ ਮੇਰੀ ਵੋਟ ਸਹੀ ਪਈ ਹੈ ਉਹਨੂੰ ਕੀ ਪਤਾ ਕਿੱਥੇ ਪਈ ਹੈ ਵੋਟ ਕੋਈ ਇਦਾਂ ਦਾ ਸਿਸਟਮ ਬਣਾਉਣਾ ਚਾਹੀਦਾ ਆਈ ਪੋਸਟਲ ਜਿਹੜਾ ਬੈਸਟ ਆਪਸ਼ਨ ਹੈਗਾ ਆਈ ਐਗਰੀ ਵਿਦ ਦੈਟ ਈ ਪੋਸਟਲ ਕਰੋ ਉਹ ਐਨ ਆਰ ਆਈ ਉਥੋਂ ਇਹ ਉਹਨੂੰ ਇੰਟਰਨੈਟ ਦੇ ਉੱਤੇ ਤੁਸੀਂ ਜਿਹੜਾ ਵੋਟਰ ਹੈ ਐਨ ਆਰ ਆਈ ਜਾਂ ਉਹ ਦੱਸਿਆ ਜਾ ਬੈਸਟੀਆਂ ਸਿਸਟਮ ਬਣ ਸਕਦਾ ਹਾਂ ਉੱਥੇ ਉੱਥੇ ਥੋੜਾ ਬ੍ਰੇਕ ਹਰ ਦੇਸ਼ ਚ ਇੰਡੀਆ ਦੀ ਬੈਸਟੀਆਂ ਜਾ ਕੇ ਵੋਟਿੰਗ ਹੋ ਸਕਦੀ ਹੈ ਉੱਥੇ ਸਿਸਟਮ ਬਣ ਸਕਦਾ ਠੀਕ ਹੈ ਹੋਰ ਥੋੜਾ ਬ੍ਰੇਕ ਲੈਣੇ ਹੋਰ ਥੋੜਾ ਬ੍ਰੇਕ ਲਵਾਂਗੇ ਬ੍ਰੇਕ ਤੋਂ ਵਾਪਸ ਆਵਾਂਗੇ ਬ੍ਰੇਕ ਤੋਂ ਵਾਪਸ ਆਵਾਂਗੇ ਪੰਜਾਬੀ ਹੈ ਜਿਹੜੇ ਬਹੁਤ ਐਨ ਆਰ ਆਈਸ ਹੈ ਪਰ ਪੰਜਾਬੀ ਵੋਟਰ ਰਜਿਸਟਰਡ ਕਿੰਨੇ ਹੈਗੇ ਸਵਾਲ ਹੋਏ ਬਹੁਤ ਵੱਡਾ ਹੈਗਾ ਸਿਰਫ 350-360 ਉਹ ਵੋਟਰ ਰਜਿਸਟਰਡ ਪੰਜਾਬੀ ਹੈ ਕਿ ਆ ਪੰਜਾਬੀਆਂ ਦੀ ਗਿਣਤੀ ਬਹੁਤ ਜ਼ਿਆਦਾ ਗੁਜਰਾਤੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈਗੀ ਹੈ ਗੁਜਰਾਤੀ ਅਤੇ ਪੰਜਾਬੀ ਫੋਕਸ ਹੈਗੇ ਜਾਂ ਇਕੱਲੇ ਗੁਜਰਾਤੀ ਫੋਕਸ ਹੈਗੇ ਸਵਾਲ ਇਹ ਵੀ ਹੈਗਾ ਬ੍ਰੇਕ ਤੋਂ ਵਾਪਸ ਆ ਰਹੇ ਕਿ ਐਨ ਆਰ ਆਈ ਵੋਟਰਾਂ ਨੂੰ ਪ੍ਰੋਕਸੀ ਵੋਟਿੰਗ ਦਾ ਹੱਕ ਦੇਣਾ 2019 ਦੇ ਸਿਆਸੀ ਸਮੀਕਰਨ ਕਿੰਨੇ ਬਦਲਣਗੇ ਡਾਕਟਰ ਤਾਰਾ ਸਿੰਘ ਸੰਧੂ ਜੀ ਇੱਕ ਸਵਾਲ ਇੱਥੇ ਵਾਰ ਵਾਰ ਪੁੱਛਿਆ ਜਾ ਰਿਹਾ ਕਿ ਵੋਟਰ ਰਜਿਸਟਰਡ ਕਿੰਨੇ ਹੈਗੇ ਆ ਜਦੋਂ ਪੰਜਾਬੀ ਸਿਰਫ 360 ਕੁ ਤਕਰੀਬਨ ਵੋਟਰ ਰਜਿਸਟਰਡ ਹੈਗੇ ਜਿੰਨੀ ਕੁ ਮੈਨੂੰ ਜਾਣਕਾਰੀ ਹੈਗੀ ਹੈ ਜੇ ਉਦੋਂ ਬਾਅਦ ਹੋ ਗਏ ਹੁਣ ਤਾਂ ਮੈਂ ਕੁਛ ਕਹਿ ਨਹੀਂ ਸਕਦਾ ਕਿ ਇਹ ਫੋਕਸ ਕਿਹਨਾਂ 'ਤੇ ਹੈਗਾ ਪੰਜਾਬੀਆਂ 'ਤੇ ਗੁਜਰਾਤੀਆਂ 'ਤੇ ਕਿਉਂਕਿ ਇਹਨਾਂ ਦੀ ਗਿਣਤੀ ਜ਼ਿਆਦਾ ਦੇਖੋ ਕਾਂਗਰਸ ਹੀ ਸਮਝਦੀ ਪਹਿਲੀ ਗੱਲ ਤਾਂ ਇਹ ਹੈ ਕਿ ਵੀ ਜਦੋਂ ਕੋਈ ਲੜਕੀ ਵਿਆਹੀ ਜਾਂਦੀ ਹੈ ਨਾ ਅਤੇ BLO ਜਦੋਂ 5 ਸਾਲ ਬਾਅਦ ਜਾਂ 3 ਸਾਲ ਬਾਅਦ ਜਾਂਦਾ ਸਰਵੇ ਕਰਨ ਉਹਦੀ ਵੋਟ ਕੱਟ ਦਿੰਦਾ ਇਸੇ ਤਰ੍ਹਾਂ ਐਨ ਆਰ ਆਈ ਨਾ ਹੁੰਦਾ ਕਿ ਉਹਨਾਂ
कि नहीं होंगे नंबर वन उदे नो मैं समझदा बैटर तरीका यह है भी जिथे जिथे भी है इंडियन है मोटे तौर पर उत्थे उत्थे एम्बेसीज है उत्थे उन्हां दी वोट एक्सरसाइज करन दा सिस्टम बनाया जा सकदा सवाल बरकरार है अज भी अभी चर्चा कर रहे उन्नी ने कंपल्शन बनाती ना उन्नी ने हुण कंपल्शन बनाती भी एक करोड़ तो कुछ करवा नहीं सके फिर डायरेक्शन देवे गवर्नमेंट बनाना जल्दी बहुत सारे इंटरेस्टेड इन इंडियन पॉलिटिक्स उत्थे भी ग्रुप्स हैगे इन्फ्लुएंशियल ग्रुप्स हैगे गुजरातियां दे हैगे पंजाबियां दे हैगे ओ जिहड़े ग्रुप्स है दे विल डोमिनेट दिस प्रोसेस तो उहदे जिहड़ा आम NRI है मतलब हुण मैं मेरा उत्थे ब्रदर है ਉਹ ਇੱਕ ਕੰਮ ਕਰਦਾ ਉਹਦੇ ਕੋਲ ਟਾਈਮ ਹੀ ਨਹੀਂ ਹੈਗਾ ਮੈਂ ਵੋਟ ਪਾਵਾਂ ਜਾਂ ਵੋਟ ਬਣਾਵਾਂ ਸੋ ਇਸ ਤਰੀਕੇ ਦੇ ਬਹੁਤ ਸਾਰੇ ਲੋਕ ਹੈਗੇ ਆ ਜਿਨ੍ਹਾਂ ਦੇ ਕੋਲ ਇਸ ਪ੍ਰੋਸੈਸ ਦੇ ਵਿੱਚ ਪਾਰਟਿਸਪੇਟ ਕਰਨ ਦਾ ਟਾਈਮ ਹੀ ਨਹੀਂ ਹੈਗਾ ਦੇ ਵਿਲ ਨਾਟ ਬੀ ਏਬਲ ਟੂ ਐਕਸਰਸਾਈਜ਼ ਦੇਅਰ ਵੋਟ ਸੋ ਉਹ ਇੱਕ ਗਰੁੱਪ ਜਿਹੜਾ ਉਹਦੇ ਇਨਫਲੂਐਂਸ਼ੀਅਲ ਹੈਗੇ ਉਹਨੂੰ ਵੀ ਗਵਰਨਮੈਂਟ ਮਿਸਯੂਜ਼ ਕਰ ਸਕਦੀ ਹੈ ਆਪਣੇ ਫੇਵਰ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਅਰਜੀਵ ਦਾਰਾ ਮੈਂ ਆ ਰਿਹਾ ਅਰਜੀਵ ਦਾਰਾ ਮੇਰਾ ਇੱਕ ਸਵਾਲ ਹੈਗਾ ਵੈਸੇ ਇਹ ਸਵਾਲ ਸ਼ਾਇਦ NRI ਨੂੰ ਨਹੀਂ ਪਸੰਦ ਆਊਗਾ ਜਿਹੜਾ NRI ਇੱਥੋਂ 15-20 ਸਾਲ ਪਹਿਲਾਂ ਇਹ ਧਰਤੀ ਛੱਡ ਕੇ ਜਾ ਚੁੱਕਿਆ ਚਾਹੇ 30 ਸਾਲ ਪਹਿਲਾਂ ਚਾਹੇ 10 ਸਾਲ ਪਹਿਲਾਂ ਉਸ NRI ਨੂੰ ਕਿਵੇਂ ਦੱਸਿਆ ਜਾਊਗਾ ਕਿ ਤੁਹਾਡੇ ਨੁਮਾਇੰਦਿਆਂ ਨੇ ਇੱਥੇ ਪਹਿਲਾਂ ਕੀ ਕੰਮ ਕੀਤਾ ਜਿਹਨੂੰ ਤੁਸੀਂ ਚੁਣਨ ਜਾ ਰਹੇ ਹੋ ਅਰਜੀਵ ਦਾ ਅੱਜ ਦੇ ਦੌਰ ਦੇ ਵਿੱਚ ਇਹ ਬਹੁਤ ਮੁਸ਼ਕਿਲ ਤਾਂ ਨਹੀਂ ਗਾ ਜੋ ਪਰ ਬਹੁਤ ਸੌਖਾ ਵੀ ਨਹੀਂ ਬਹੁਤ ਸੌਖਾ ਵੀ ਨਹੀਂ ਨਾ ਸਿਰਫ ਸੌਖਾ ਨਹੀਂ ਤੁਸੀਂ ਜਿਹੜਾ ਤੁਹਾਡੇ ਹਰ ਮੌਕੇ ਦੀ ਜਿਹੜੀ ਗੱਲ ਹੈ ਉਹਦੇ 'ਚ ਉਹਦੀ ਰੋਲ ਕੀ ਉਹਨੂੰ ਉਸ ਤਰ੍ਹਾਂ ਨਹੀਂ ਸਮਝ ਸਕਦੇ ਜਿਵੇਂ ਇਹਨਾਂ ਨੇ ਕਿਹਾ ਬਿਜ਼ੀ ਇੰਨੇ ਨੇ ਤੁਸੀਂ ਪੋਲੀਟੀਕਲੀ ਬਹੁਤ ਜ਼ਿਆਦਾ ਇਨਕਲਾਈਨ ਨਹੀਂ ਗੇ ਤਾਂ ਫਿਰ ਕੀ ਕਰੋਗੇ ਉਹਦਾ ਬਟ ਸਵਾਲ ਇਸ ਤੋਂ ਇਲਾਵਾ ਵੀ ਕਈ ਨੇ ਇੱਕ ਤਾਂ ਉਹਨਾਂ ਨੂੰ ਇੱਥੋਂ ਦੀ ਪੂਰੀ ਪ੍ਰਕਿਰਿਆ ਦੇ ਨਾਲ ਉਹ ਨਹੀਂ ਜੁੜੇ ਹੋਏ ਨਾ ਸਿਰਫ ਜੁੜੇ ਨਹੀਂ ਉਹਨਾਂ ਦੀ ਡੇਲੀ ਲਾਈਫ ਨੂੰ ਪ੍ਰਭਾਵਿਤ ਨਹੀਂ ਕਰ ਰਿਹਾ ਇੱਥੋਂ ਕੀ ਕਰ ਰਹੇ ਹੋ ਹੁਣ ਕੁਝ ਫੈਸਲੇ ਕਰਦੇ ਨੇ ਜਿਵੇਂ ਟਰੰਪ ਨੇ ਪਿੱਛੇ ਆਉਂਦੇ ਇੱਕ ਬਿਆਨ ਦਿੱਤਾ ਸੀ ਜਿਹਦੇ 'ਚ ਬੜੀ ਹੜਫੜੀ ਵੱਜ ਗਈ ਸੀ ਤੁਹਾਨੂੰ ਬਹੁਤ ਬੰਦਿਆਂ ਨੂੰ ਦੇਸ਼ ਛੱਡਣਾ ਪਏਗਾ ਹੋਇਆ ਸੀ ਨਾ ਇੰਡੀਅਨਸ ਨੂੰ ਹੁਣ ਉਹਦੇ ਵਿੱਚ ਭਾਰਤ ਸਰਕਾਰ ਕਿਸ ਤਰ੍ਹਾਂ ਦੀ ਇੰਟਰਵੈਂਸ਼ਨ ਕਰਦੀ ਹੈ ਅਤੇ ਇੱਥੇ ਕੀ ਉਹ ਮੁੱਦਾ ਬਣਦਾ ਸਾਡੀ ਪਾਰਲੀਮੈਂਟ ਦੇ ਵਿੱਚ ਕਿ ਟਰੰਪ ਸਰਕਾਰ ਨੂੰ ਕਿਵੇਂ ਕੰਟਰੋਲ ਕੀਤਾ ਜਾਵੇ ਕਿਵੇਂ ਦਬਾਅ ਬਣਾਇਆ ਜਾਵੇ ਇਹ ਉਹਨਾਂ ਨੂੰ ਇੰਪੈਕਟ ਕਰਦਾ ਅਸੀਂ ਉੱਥੇ ਤਾਂ ਚਰਚਾ ਨਹੀਂ ਕਰਦੇ ਉਹਨਾਂ ਦੇ ਵੋਟ ਦਾ ਆਧਾਰ ਇਹ ਤਾਂ ਹੋ ਸਕਦਾ ਕਿਸੇ MLA ਨੂੰ ਵੋਟ ਦੇਣ ਲੱਗਿਆ ਗਲੀ ਬਣਵਾਈ ਸੀ ਕਿ ਨਹੀਂ ਪਾਣੀ ਦਾ ਪ੍ਰਬੰਧ ਕੀਤਾ ਕਿ ਨਹੀਂ ਉਹਨਾਂ ਦਾ ਆਧਾਰ ਨਹੀਂ ਹੋਏਗਾ ਨਾ ਸੁਭਾਵਿਕ ਗੱਲ ਹੈ ਜਿਹੜਾ ਬਿਲਕੁਲ ਰੋਜ਼ ਨਿਭਾਉਂਦਾ ਹੈ ਰੋਜ਼ ਜਿਹੜਾ ਵੇਖਦਾ ਹੈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਤੁਹਾਡੀ ਸਿੱਖਿਆ ਅਤੇ ਹੈਲਥ ਦੀ ਜਿਹੜੀ ਹਾਲਤ ਹੋ ਰਹੀ ਹੈ ਜਿਹੜੀ ਤੁਹਾਡੀ ਗਲੀ ਸੜਕ ਦੀ ਹਾਲਤ ਹੈ ਉਹ ਉਹਨਾਂ ਨੂੰ ਪ੍ਰਭਾਵਿਤ ਨਹੀਂ ਕਰੇਗੀ ਵੱਡੇ ਇਸ਼ੂ ਕਰਦੇ ਨੇ ਪਰੰਤੂ ਹਲੇ ਤੱਕ ਉਹਨਾਂ ਵੱਡਾ ਇਸ਼ੂਜ਼ 'ਤੇ ਤਾਂ ਸਾਡੀ ਗੱਲ ਨਹੀਂ ਹੋ ਰਹੀ ਇਹਨਾਂ ਨੇ ਸਰਕਾਰ ਨੇ ਹਲੇ ਤੱਕ ਕੋਈ ਇਹੋ ਜਿਹੀ ਪੋਜੀਸ਼ਨ ਨਹੀਂ ਲਈ ਉਹਦੇ ਬਾਰੇ ਕੀ ਕਰ ਰਹੇ ਨੇ ਇਸ ਦੂਜੀ ਗੱਲ ਮੈਂ ਹੋਰ ਇੱਕ ਦੇ ਨਾਲ ਜੋੜ ਕੇ ਕਹਿਣਾ ਚਾਹਨਾ ਜਿਹੜਾ ਇਹ ਪ੍ਰੋਕਸੀ ਵੋਟਿੰਗ ਦੇ ਨਾਲ ਹੈ ਨਾ ਤੁਸੀਂ ਬੰਦੇ ਨੂੰ ਇਹ ਕਹਿੰਦੇ ਹੋ ਤੁਸੀਂ 2 ਦਿਨ ਪਹਿਲਾਂ 5 ਦਿਨ ਪਹਿਲਾਂ 7 ਦਿਨ ਪਹਿਲਾਂ ਆਪਦਾ ਵੋਟ ਅਥੋਰਾਈਜ਼ ਕਰਤਾ ਠੀਕ ਹੈ ਇਹ NRI ਉਹਨੂੰ ਕਿਸੇ ਨੂੰ ਵੀ ਕਰਤਾ ਉਹਦੇ ਨਾਲ ਜਿਹੜਾ ਉਹਦਾ 5 ਦਿਨ ਬਾਅਦ ਤੱਕ ਦਾ ਜਿਹੜਾ ਵੋਟ ਹੋਣਾ ਹੈ ਇਸ ਦੌਰਾਨ ਆਪਦੀ ਰਾਏ ਬਦਲਣ ਦਾ ਜਿਹੜਾ ਅਧਿਕਾਰ ਹੈ ਦੈਟ ਗੋਸ ਉਹਨੂੰ ਕਿਵੇਂ ਡੀਲ ਕਰੋਗੇ ਤੁਸੀਂ ਉਦੋਂ ਇਹ ਮਤਲਬ ਸਵਾਲ ਨੇ ਜਿਹਨਾਂ ਨੂੰ ਐਡਰੈਸ ਕਰਨ ਦੀ ਲੋੜ ਹੈ ਤਰੀਕੇ ਕੀ ਹੋ ਸਕਦੇ ਨੇ ਉਹ ਤਰੀਕਾ ਮੈਂ ਇਹ ਕਹਿ ਰਿਹਾ ਬੇਸਿਕ ਸਿਧਾਂਤ ਕੀ ਹੈ ਜਦੋਂ ਬੰਦਾ ਵੋਟ ਪਾਉਣ ਜਾਂਦਾ
ਉਦੋਂ ਤੱਕ ਆਪਦਾ ਮਨ ਬਣਾਉਣ ਦਾ ਉਹਦਾ ਅਧਿਕਾਰ ਹੈ। ਸੰਵਿਧਾਨਿਕ ਮਾਮਲਾ ਹੈ, ਭਾਰਤ ਦਾ ਸੰਵਿਧਾਨ ਇਹ ਕਹਿੰਦਾ ਹੈ। ਹੁਣ ਇਸ ਦਾ ਮਤਲਬ ਜਿਹੜਾ ਤਰਕ ਤੁਸੀਂ ਦੇ ਰਹੇ ਜਿਹੜਾ ਤਰਕ ਤੁਸੀਂ ਦੇ ਰਹੇ ਹੋ ਇਹਦਾ ਮਤਲਬ ਆਉਂਦਾ ਏਅਰਪੋਰਟ ਤੇ ਬੂਥ ਲਾ ਦਿੱਤਾ ਜੇ ਪਤਾ ਲੱਗ ਜਾ ਮਨ ਕੀ ਹੈਗਾ ਵੀ ਵੋਟ ਆ ਰਹੀ ਹੈ। ਬਹੁਤ ਸਾਰੇ ਤਰੀਕੇ ਨੇ ਐਮਬੈਸੀ ਦੇ ਥਰੂ ਵੋਟ ਕਰ ਸਕਦੇ ਹੋ। ਪ੍ਰਾਈਵੇਟ ਮੈਟਰ ਦਾ ਸੀ ਨਹੀਂ ਇੱਕ ਮਿੰਟ ਸਵਾਲ ਜਾਇਜ਼ ਹੈਗਾ, ਸਵਾਲ ਜਾਇਜ਼ ਹੈਗਾ, ਉਹ ਸਵਾਲ ਨੂੰ ਐਡਰੈਸ ਕਰਨ ਲਾਜ਼ਮੀ ਹੈ। ਜਵਾਬ ਦੇਊਂਗਾ ਕਿ ਮੇਰਾ ਸਵਾਲ ਜਾਇਜ਼ ਹੈ। ਸਰਵਾਰੀਆ ਸਾਹਿਬ ਦੀ ਦਿੱਕਤ ਇਹ ਹੈ ਕਿ ਮੈਂ ਭਾਰਤ ਦੇ ਸੰਵਿਧਾਨ ਦੀ ਗੱਲ ਕਰਤੀ, ਇਹਨਾਂ ਦੀ ਪੂਰੀ ਰੁਚੀ ਭਾਰਤ ਦੇ ਸੰਵਿਧਾਨ ਦੇ ਨਾਲ ਕੋਈ ਇਹਨਾਂ ਦੀ ਲਾਜ਼ਮੀ ਨਹੀਂ ਲਗਾਉਣੀ ਹੈ। ਸਰਵਾਰੀਆ ਸਾਹਿਬ ਹੁਣ ਜਵਾਬ ਦਿਓ ਨਾ ਨਾ ਆਉਂਦੇ ਉੱਚੇ ਪੇ ਸਰਵਾਰੀਆ ਮੇਰੀ ਗੱਲ ਪੂਰੀ ਹੋਣ ਦਿਓ ਮੇਰੀ ਗੱਲ ਸੁਣੋ ਇੱਕ ਮਿੰਟ ਸਰਵਾਰੀਆ ਸਾਹਿਬ ਇਹ ਗੱਲ ਸੁਣੋ ਠੀਕ ਹੈ ਇਹਨਾਂ ਨੇ ਕਿਹਾ ਕਿ ਸਰਵਾਰੀਆ ਕੀ ਕਹਿਣਾ ਸਵਾਲ ਲੈ ਰਹੀ ਹੈ ਸਰਵਾਰੀਆ ਸਾਹਿਬ ਤੁਹਾਡਾ ਸਵਾਲ ਜਾ ਰਿਹਾ ਹੈ ਸਰ ਜਦੋਂ ਤੁਸੀਂ ਵੋਟ ਕਾਸਟ ਕਰ ਰਹੇ ਹੋ ਉਦੋਂ ਤੱਕ ਤੁਹਾਡੀ ਜਿਹੜੀ ਰਾਏ ਹੋਏਗੀ ਉਹਦੇ ਮੁਤਾਬਿਕ ਵੋਟ ਪਾਓਗੇ। ਸੰਵਿਧਾਨਿਕ ਮਾਮਲਾ ਹੈ ਕਿ ਨਹੀਂ ਹੈ ਕਿ ਤੁਸੀਂ ਇਹਨੂੰ ਵਾਇਲੇਟ ਕਰਨਾ ਚਾਹੁੰਦੇ ਹੋ, ਇਹ ਜਿਹੜਾ ਪ੍ਰੋਕਸੀ ਵੋਟਿੰਗ ਇਹਨੂੰ ਵਾਇਲੇਟ ਕਰਦਾ ਹੈ, ਇਹਦੇ ਵਿੱਚ ਤੁਸੀਂ ਲਾਏ ਦੱਸੋ ਨਾ ਕਿਵੇਂ ਨਹੀਂ ਕਰਦਾ। ਠੀਕ ਹੈ ਮੈਂ ਲੈ ਰਿਹਾ ਤੁਹਾਡਾ ਸਵਾਲ ਤੁਹਾਡਾ ਅਗਲੀ ਗੱਲ ਕਹਿ ਰਿਹਾ ਲਗਾਤਾਰ ਅਸੀਂ ਐਗਜ਼ਿਟ ਪੋਲ ਉਹ ਦੇਖਦੇ ਹਾਂ ਜਿਹੜਾ ਕੀ ਕਹਿੰਦੇ ਓਪੀਨੀਅਨ ਪੋਲ ਵੇਖਦੇ ਹਾਂ ਆਖਿਰ 'ਚ ਆਉਂਦਾ ਹੈ ਕਿ ਜੀ ਇਹ ਜਿੱਦਣ ਵੋਟ ਪਾਉਣ ਲੱਗੇ ਉਸ ਤੋਂ ਅਗਲੇ ਪਹਿਲੇ ਦਿਨ ਆਹ ਘਟਨਾ ਹੋ ਗਈ ਇਸ ਨੇ ਬਦਲਤਾ। ਇਹ ਪੂਰੇ ਜਿਹੜਾ ਸੰਵਿਧਾਨਿਕ ਸਿਸਟਮ ਹੈ ਉਹਦੇ 'ਚ ਕਿੰਨਾ ਵੱਡਾ ਇੰਪੈਕਟ ਹੈ ਦੇਖੋ ਨਾ। ਤੁਹਾਡੇ ਫੋਨ ਤੱਕ ਤਾਂ ਟੈਪ ਕਰਦੀਆਂ ਤੇ ਉਹ ਐਨਆਰਆਈ ਫੋਨ ਤੇ ਦੱਸੂਗਾ ਕਿ ਮੈਂ ਕਿਹਨੂੰ ਵੋਟ ਪਾਉਣੀ ਹੈ ਸਾਰਾ ਐਕਸਪੋਜ਼ ਹੋ ਜਾਏਗਾ। ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਐਡਰੈਸ ਕਰ ਰਿਹਾ ਮਾਨਨੀਯ ਗੁਦਾਰਾ ਜੀ ਸਾਹਿਬ ਨੂੰ। ਇਹ ਕਹਿੰਦੇ ਜੀ ਇਹ ਪੋਲੀਟੀਕਲ ਕਿੱਦਾਂ ਨਾ ਬਣਾਉ। ਭਾਈ ਮੈਂ ਪੋਲੀਟੀਕਲ ਦਾ ਉਹ ਕਹਿਣਾ ਚਾਹੁੰਦਾ ਜੋ ਤਿੰਨ ਤਲਾਕ ਬਾਰੇ ਤੁਸੀਂ ਕੀਤਾ ਨਾ, ਮੈਂ ਉਹਦੀ ਗੱਲ ਕਰ ਰਿਹਾ। ਅਸੀਂ ਕਹਿੰਦਾ ਹੁਣ ਬੋਲੋ, ਹੁਣ ਸੁਣਨ ਦੀ ਗੱਲ ਕਰੋ, ਹੁਣ ਸੁਣਨ ਦੀ ਮਤ ਰੱਖੋ, ਗੁਦਾਰਾ ਸਾਹਿਬ ਸੁਣਨ ਦੀ ਗੱਲ ਸੁਣੋ, ਦੇਸ਼ ਦੀ ਮਹਿਲਾ ਹੁਣ ਮੇਰੀ ਬਾਤ ਸੁਣੋ, ਆਪਣੀ ਪੋਲੀਟੀਕਲ ਬਾਤ ਸੁਣੋ। ਇਹਨਾਂ ਦੀ ਅਪਰੋਚ ਹਮੇਸ਼ਾ ਜਦੋਂ ਕੋਈ ਡਿਵੈਲਪਮੈਂਟ ਕੋਈ ਬੜੀ ਚੀਜ਼ ਕਰਨੀ ਹੈ, ਇਹਨਾਂ ਦੇ ਵੀ ਨਹੀਂ ਪਤਾ ਹੁਣ ਇਹ ਤੋਂ ਰੁਕੋ ਰਾਜ ਬਾਰੇ ਸਾਡਾ ਕੀ ਕਹਿ ਸਕਦੇ, ਇਹਨਾਂ ਦੀ ਆਦਤ ਹੈ ਇਹ ਬੋਲੋ ਕਿ ਇਹਨਾਂ ਦੀ ਆਦਤ ਹੈ। ਸੁਣੋ ਗੱਲ, ਬੋਲਦੇ ਰਹੇ ਤਾਂ ਤਿੰਨ ਤਲਾਕ ਬਾਰੇ ਸਾਡਾ ਪਾਣੀ ਕੀ ਕਹਿ ਸਕਦੇ। ਸਨਵਾਰੇ ਸਾਹਿਬ, ਸਨਵਾਰੇ ਸਾਹਿਬ ਤਿੰਨ ਤਲਾਕ ਬਿੱਲ ਤੇ ਤੁਸੀਂ ਸਾਰਿਆਂ ਨੂੰ ਇੱਕੋ ਕਰਕੇ ਨਹੀਂ ਖੜਾ ਕਰ ਸਕਦੇ, ਸਾਡੇ ਲਈ ਨਹੀਂ ਪਤਾ ਕਿ ਸਭ ਇਹਨੂੰ ਮੈਂ ਕਹਿ ਰਿਹਾ ਇਹ ਫਾਜ਼ੀ ਕੋਰੀ ਜਿਹੜੀ ਗੱਲ ਤੁਸੀਂ ਕਹਿ ਰਹੇ ਤਾਰਾ ਸੰਧੂਰਾ ਨੂੰ ਕਹੋ ਜਾ ਕੇ ਕਹਿਣਾ ਚਾਹੁੰਦਾ ਤੁਹਾਨੂੰ ਪਤਾ ਹੀ ਨਹੀਂ ਕਿਹਨੂੰ ਕੀ ਕਹਿ ਰਹੇ ਕਿਹਨੂੰ ਸੁਣੋ ਲਓ ਦੇ ਇੱਕ ਮਿੰਟ ਦਾ ਮੱਦਾ ਰੱਖੀਏ ਇੱਕ ਮਿੰਟ ਠੀਕ ਗੱਲ ਕਹਿਣ ਦੀ ਨਹੀਂ ਸਾਡੀ ਆਦਤ ਇਹਨਾਂ ਦੀ ਆਦਤ ਹੈ ਛੱਡੋ ਤੁਸੀਂ ਆਦਤ ਨੂੰ ਛੱਡੋ ਤੁਸੀਂ ਬਾਕੀ ਗੱਲ ਕਹਿੰਦੇ ਹੋ ਜਵਾਬ ਲਗਾਓ ਮੈਂ ਸਵਾਲ ਨੋਟ ਕਰ ਲਓ ਮੁੱਦਾ ਸਾਡਾ ਇਹ ਹੈ ਕਿ ਜਿਹੜਾ ਪ੍ਰੋਕਸੀ ਵੋਟ ਦੇ ਅੱਜ ਅਸੀਂ ਡਿਬੇਟ ਲੈ ਕੇ ਆਏ ਸੀ ਹੁਣ ਗੁਰਦੁਆਰਾ ਸਾਹਿਬ ਤੋਂ ਉਦੋਂ ਕੌਨਸਟੀਟਿਊਸ਼ਨ ਦੀ ਫੈਬਰਿਕ ਵਿੱਚ ਚਲੇ ਗਏ ਉੱਥੇ ਮੈਂ ਉਹਨੂੰ ਜਵਾਬ ਦੇਣ ਵਾਸਤੇ ਮੈਂ ਹੁਣ ਆ ਰਿਹਾ ਹਾਂ ਵਕੀਲ ਵੀ ਹੈਗੇ ਨਾਲ ਵਕੀਲ ਤਾਂ ਸਾਡੀ ਸਾਰੇ ਵਕੀਲ ਨੇ ਇੰਡੀਆ ਦਾ ਨਾਗਰਿਕ ਸੰਵਿਧਾਨ ਨੂੰ ਮੰਨਦਾ ਹੈ ਸੰਵਿਧਾਨ ਦੀ ਰਿਸਪੈਕਟ ਕਰਦਾ ਹੈ ਉਹਨਾਂ ਦਾ ਵਕੀਲ ਦਾ ਮੈਟਰ ਹੈ ਉਹ ਡਿਡਨਟ ਕੇਅਰ ਫੋਰ ਅਸ ਮੈਂ ਇਹਨਾਂ ਚ ਨਹੀਂ ਇਹਨਾਂ ਨੂੰ ਸੁਣ ਲਓ ਕਮਿਸ਼ਨ ਸੁਣ ਲਓ ਇਹ ਕਹਿੰਦੇ ਕਿ ਜੇ ਮਾਈਂਡ ਬਣਿਆ ਹੋਏਗਾ 5-7 ਦਿਨ ਪਹਿਲਾਂ ਉਹ ਹੁਣ ਤਾਂ ਇਲੈਕਟ੍ਰੋਨਿਕ ਮੀਡੀਆ ਇੰਨਾ ਤੇਜ਼ ਹੈ ਵੀਡੀਓ ਕਾਲਿੰਗ ਤਾਂ ਹਰ ਵੇਲੇ ਹੋਈ ਜਾਂਦੀ ਹੈ ਦੁਨੀਆ ਪਰ ਮੁਫਤ ਕਰ ਰਹੀ ਹੈ ਇਹ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਉਹ ਜਿਹੜਾ ਉਹਨੇ ਦੱਸਿਆ ਉਹ ਪਹਿਲਾਂ ਤਾਂ ਉਹ ਬਾਅਦ ਚੇਂਜ ਕਰ ਲਓ ਮਾਈਂਡ ਐਨੀ ਟਾਈਮ ਅਥਰਾਈਜ਼ ਕਿਵੇਂ ਕਰੋਗੇ ਐਨੀ ਟਾਈਮ ਐਟ ਵਾਟ ਟਾਈਮ ਯੂ ਵਿਲ ਅਥਰਾਈਜ਼ ਐਨੀ ਟਾਈਮ ਕਿਵੇਂ ਕਰੋਗੇ ਕੋਈ ਮੈਕੈਨਿਜ਼ਮ ਹੋਏਗਾ ਨਾ ਇਲੈਕਟ੍ਰੋਨਿਕ ਜਿਹਨੂੰ ਤੁਸੀਂ ਕਹੇਗਾ ਇਹ ਨਹੀਂ ਹੋਣਾ ਕੋਈ ਤਾਂ ਉਹਨੂੰ ਮੈਕੈਨਿਜ਼ਮ ਬਣਾਓਗੇ ਦੂਸਰਾ ਮੈਂ ਐਂਡ 'ਚ ਇਹ ਕਹਿਣਾ ਚਾਹੁੰਦਾ ਕਿ ਆਹ ਜਿਹੜੇ ਸਵਾਲ ਹੈ ਸਾਰੇ ਦੀਜ਼ ਕੈਨ ਬੀ ਸੋਰਟਡ ਆਊਟ ਐਂਡ ਅਲਟੀਮੇਟਲੀ ਗਵਰਨਮੈਂਟ ਆਫ ਇੰਡੀਆ ਵਿਲ ਲੁੱਕ ਇਨਟੂ ਦਿਸ ਰੂਲਸ ਬਣਨੇ ਆ ਮੇਨ ਚੀਜ਼ ਹੈ ਜਿਹੜੇ ਐਨਆਰਆਈ ਇਸ ਵੇਲੇ ਸਿੰਦਰ ਜੀ ਨੇ ਕਿਹਾ ਵੀ ਲੋਕਾਂ ਦਾ ਇੰਟਰਸਟ ਨਹੀਂ ਫਲਾਨਾ ਕੰਮ 'ਚ ਬਿਜ਼ੀ ਹੈ ਆਈਡੀਆ ਇਜ਼ ਟੂ ਗਿਵ ਦੈਮ ਇਕੁਐਲਿਟੀ ਪਲੇਟਫਾਰਮ ਚਾਂਸ ਟੂ ਪਾਰਟੀਸਪੇਟ ਇਨ ਇੰਡੀਅਨ ਇਲੈਕਸ਼ਨ ਜੇ ਅਗਲੇ ਦਾ ਚਿੱਤ ਕਰੂਗਾ ਨਹੀਂ ਤਾਂ ਨਹੀਂ ਕਰੂਗਾ ਇੱਥੇ ਇੰਡੀਆ 'ਚ ਵੀ ਬਥੇਰੇ ਲੋਕੀ ਹੈ 60% 65% ਵੋਟਿੰਗ ਹੁੰਦੀ 50% ਹੁੰਦੀ ਹੈ ਆਉਂਦੇ ਨਹੀਂ ਲੋਕੀ ਇਨਕਰੇਜ ਹੋ ਜਾਂਦੇ ਜਦੋਂ ਐਨਆਰਆਈ ਮੰਨ ਲਓ ਇਹ ਸਾਰੀ ਚੀਜ਼ਾਂ ਬਣ ਜਾਂਦੀਆਂ ਕਾਨੂੰਨ ਬਣ ਜਾਂਦਾ ਐਨਆਰਆਈ ਨੂੰ ਨੋਟਾ ਦਾ ਅਧਿਕਾਰ ਮਿਲੂਗਾ ਵੀ ਮੈਂ ਕਿਸੇ ਨੂੰ ਨਹੀਂ ਚਾਹੁੰਦਾ ਭਾਈ ਨਹੀਂ ਨਹੀਂ ਉਹ ਤਾਂ ਇਹ ਤਾਂ ਮੈਟਰ ਹੈ ਆਊਗਾ ਸਟੈਂਡਰਡ ਨਹੀਂ ਵੈਸੇ ਆ ਸਕਦਾ ਹੈ ਛੁੱਟੀ ਤੇ ਆ ਸਕਦਾ ਹੈ ਛੁੱਟੀ ਐਨਆਰਆਈਜ਼ ਨੂੰ ਬਹੁਤ ਬਹੁਤੀ ਸਿਆਸਤ ਪਸੰਦ ਨਹੀਂ ਹੈਗੀ ਜੇ ਇੱਥੇ ਲੋਕਾਂ ਨੂੰ ਹੈਗਾ ਤਾਂ ਉਹਨਾਂ ਨੂੰ ਵੀ ਚਾਹੀਦਾ ਇੱਕ ਛੋਟਾ ਬ੍ਰੇਕ ਲੈ ਤੋਂ ਵਾਪਸ ਆਵਾਂਗੇ ਜੇ ਇਹ ਕਾਨੂੰਨ ਬਣ ਜਾਂਦਾ ਹੈਗਾ ਰਾਜ ਸਭਾ ਤੋਂ ਪਾਸ ਹੋ ਜਾਂਦਾ ਉਦੋਂ ਬਾਅਦ ਰਾਸ਼ਟਰਪਤੀ ਕੋਲ ਜਾ ਕੇ ਕਾਨੂੰਨ ਬਣ ਜਾਂਦਾ ਹੈਗਾ ਸਵਾਲ ਇਹ ਹੈਗਾ ਇਕੱਲੇ ਲੋਕ ਸਭਾ ਚੋਣਾਂ ਤੱਕ ਇਸ ਨੂੰ ਸੀਮਤ ਨਾ ਰੱਖਿਆ ਜਾਵੇ ਪੰਚਾਇਤ ਚੋਣਾਂ ਆਉਣਗੀਆਂ ਜਿਹੜੀਆਂ ਸਾਡੀਆਂ ਹੋਰ ਕੌਂਸਲ ਦੀਆਂ ਚੋਣਾਂ ਆਉਣਗੀਆਂ ਉਹਨਾਂ ਵਿੱਚ ਵੀ ਐਨਆਰਆਈ ਫਿਰ ਹੱਕ ਮੰਗਣ ਕੇ ਫਿਰ ਉਦੋਂ ਕੀ ਕਰੋਗੇ ਕਿਸ ਤਰੀਕੇ ਸਾਰੀ ਪ੍ਰਕਿਰਿਆ ਨੂੰ ਅੱਗੇ ਵਧਾਉਂਗੇ ਬ੍ਰੇਕ ਤੋਂ ਵਾਪਸ ਆ ਕੇ ਇਹ ਸਵਾਲ ਵੀ ਐਡਰੈਸ ਕਰਾਂਗੇ ਜ਼ਰੂਰ ਕਿ ਐਨਆਰਆਈ ਵੋਟਰਾਂ ਨੂੰ ਪ੍ਰੋਕਸੀ ਵੋਟਿੰਗ ਦਾ ਹੱਕ ਦੇਣਾ 2019 ਦੇ ਸਿਆਸੀ ਸਮੀਕਰਨ ਕਿੰਨੇ ਬਦਲਣਗੇ ਸੁਰਿੰਦਰ ਸਿੰਘ ਬੈਂਸ ਮੈਨੂੰ ਇਸ ਸਵਾਲ ਦਾ ਜਵਾਬ ਦਿਓ ਜੇ ਲੋਕ ਸਭਾ ਚੋਣਾਂ ਦੇ ਲਈ ਐਨਆਰਆਈ ਨੂੰ ਵੋਟਰ ਦਾ ਵੋਟਿੰਗ ਦਾ ਹੱਕ ਮਿਲ ਜਾਂਦਾ
ਪੰਚਾਇਤੀ ਚੋਣਾਂ ਆਉਣ ਗਿਆ, ਕੌਂਸਲ ਚੋਣਾਂ ਆਉਣ ਗਿਆ, ਸਾਰੀਆਂ ਆਉਣ ਗਿਆ। ਜਦੋਂ ਇੱਕ ਤੁਸੀਂ ਰਾਈਟ ਦੇ ਰਹੇ ਹੋ ਵੋਟਿੰਗ ਦਾ, ਉਹ ਫਿਰ ਰਾਈਟ ਨੈਚੁਰਲੀ ਹਰ ਜਗ੍ਹਾ ਐਗਜ਼ਿਸਟ ਕਰਦਾ। ਇਹ ਨਹੀਂ ਕਿ ਤੁਸੀਂ ਪਾਰਲੀਮੈਂਟ 'ਚ ਵੋਟ ਕਰ ਸਕਦੇ, ਅਸੈਂਬਲੀ 'ਚ ਨਹੀਂ ਕਰ ਸਕਦੇ, ਪੰਚਾਇਤਾਂ 'ਚ ਨਹੀਂ ਕਰ ਸਕਦੇ। ਸਾਡਾ ਜਿਹੜਾ ਸਿਸਟਮ ਇੱਥੇ ਇੰਨਾ ਕੁ ਮਾੜਾ ਹੈਗਾ, ਜਿਹੜਾ ਵੋਟਾਂ ਬਣਾਉਣ ਦਾ ਸਿਸਟਮ ਹੈ, ਸਾਡਾ ਐਡਮਿਨਿਸਟ੍ਰੇਟਿਵ ਸਿਸਟਮ ਹੈ, ਕਿ ਉੱਥੇ ਅਸੀਂ ਇੱਕ ਪਿੰਡ ਦੇ ਵਿੱਚ ਦੇਖ ਲੈਂਦੇ ਵੀ 100 ਬੰਦਾ ਹੈਗਾ, 50 ਬੰਦਾ ਜਿਹੜਾ ਸਾਡੀ ਓਪੋਜੀਸ਼ਨ ਪਾਰਟੀ ਦਾ, ਉਹਦੀ ਵੋਟ ਕੱਟ ਦਿਉ, ਹਟਾ ਦਿਉ, ਮੁੜ ਕੇ ਰੌਲਾ ਪਾਉਂਦਾ, ਕੁਛ ਨਹੀਂ ਹੋ ਸਕਦਾ ਮੌਕੇ ਦੇ ਉੱਤੇ। ਸੋ ਇੱਦਾਂ ਦੇ ਸਿਸਟਮ ਦੇ ਵਿੱਚ ਤੁਸੀਂ ਹੌਲੀ ਇਨਸ਼ੋਰ ਕਿ ਸਾਰੇ NRIs ਨੂੰ ਸਾਰੇ ਰਾਈਟਸ ਮਿਲ ਰਹੇ ਆ, ਪਹਿਲੀ ਗੱਲ ਤਾਂ ਇਹ ਹੈ। ਦੂਜਾ, ਲੋਕਲ ਲੈਵਲ ਦੇ ਉੱਤੇ ਵੀ ਜਿਹੜਾ ਹੈ ਉਹਨਾਂ ਨੂੰ ਫਿਰ ਹੱਕ ਮਿਲੇਗਾ, ਜੇ ਅਸੀਂ ਬਾਹਰ ਕਰਾਂਗੇ ਕਿ ਅਸੀਂ ਲੋਕਲ ਲੈਵਲ 'ਤੇ ਇਹਨਾਂ ਨੂੰ ਵੋਟ ਨਹੀਂ ਪਾਉਣ ਦੇਣੀ ਜਾਂ ਅਸੈਂਬਲੀ 'ਚ ਨਹੀਂ ਪਾਉਣ ਦੇਣੀ, ਫਿਰ ਇਹਦਾ ਮਤਲਬ ਆਪਣੇ ਆਪ ਕਲੀਅਰ ਹੈਗਾ ਕਿ ਸਿਰਫ 2019 ਨੂੰ ਲੈ ਕੇ ਇੱਕ ਐਕਸਰਸਾਈਜ਼ ਕੀਤੀ ਜਾ ਰਹੀ ਹੈ, ਔਰ ਉਹਦੇ ਵਿੱਚ ਜਿਹੜੇ ਇਨਫਲੂਐਂਸ਼ੀਅਲ ਗਰੁੱਪ ਉੱਥੇ ਕ੍ਰੀਏਟ ਕੀਤੇ ਆ 4 ਸਾਲਾਂ 'ਚ BJP ਨੇ, ਉਹਨਾਂ ਦਾ ਜਿਹੜਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਇਸ ਇਲੈਕਸ਼ਨ। ਤਾਰਾ ਸੰਧੂ, ਤੁਸੀਂ ਇਸ ਤਰਕ ਨਾਲ ਸਹਿਮਤ ਹੋ ਜਿਹੜਾ ਸਤਿੰਦਰ ਸਿੰਘ ਬੈਂਸ ਨੇ ਤਰਕ ਦਿੱਤਾ? ਇੱਕ ਸਵਾਲ ਮੇਰਾ ਨਾਲੇ ਵੀ ਲੈ ਲਿਓ, ਜਦੋਂ ਪੰਚਾਇਤ ਚੋਣ ਆਉਣਗੀਆਂ ਜਾਂ ਕੌਂਸਲ ਚੋਣਾਂ ਆਉਣਗੀਆਂ, ਲੋਕ ਸਭਾ ਚੋਣਾਂ 'ਚ ਚਲੋ 543 ਸੀਟਾਂ ਹੈਗੀਆਂ, ਚਲੋ ਉਮੀਦਵਾਰ ਦਾ ਪਤਾ ਲੱਗ ਗਿਆ ਜੀ ਇਲੈਕਟ੍ਰੋ ਮੀਡੀਆ ਵਿੱਚ ਆ ਗਿਆ, ਉਹ ਜਿਹੜਾ ਮੁਹੱਲੇ 'ਚ ਖੜਾ ਬੰਦਾ ਉਹਦੇ ਬਾਰੇ ਇਲੈਕਟ੍ਰੋ ਮੀਡੀਆ ਵਿੱਚ ਖਬਰ ਘੱਟ ਹੁੰਦੀ ਹੈ, ਉਹਦੇ ਬਾਰੇ ਪ੍ਰਿੰਟ ਮੀਡੀਆ ਵਿੱਚ ਖਬਰ ਘੱਟ ਹੁੰਦੀ ਹੈ, ਉਹਦਾ ਕਿਵੇਂ ਦੱਸੋਗੇ ਕਿਹੜਾ ਕੈਂਡੀਡੇਟ ਟੱਕੜੇ? ਮੈਂ ਤਾਂ ਅਗਲੀ ਵੀ ਗੱਲ ਕਰੂੰਗਾ ਜੇ ਕਾਨੂੰਨ ਬਣ ਜਾ ਰਿਹਾ ਤਾਂ। ਪਹਿਲੀ ਗੱਲ ਤਾਂ ਇਹ ਹੈ ਵੀ ਜੇ ਤਾਂ ਇਹਨੂੰ ਪ੍ਰਿੰਸੀਪਲ ਤੌਰ 'ਤੇ ਲੈਣਾ ਤਾਂ ਪ੍ਰਿੰਸੀਪਲ ਤੌਰ 'ਤੇ ਤਾਂ ਜੇ ਉਹਨੂੰ ਲੋਕ ਸਭਾ 'ਚ ਵੋਟ ਪਾਉਣ ਦਾ ਅਧਿਕਾਰ ਹੈ ਤਾਂ ਉਹਨੂੰ ਪੰਚਾਇਤ ਮਿਊਂਸੀਪਲ ਕਮੇਟੀ 'ਚ ਵੀ ਪਾਉਣ ਦਾ ਅਧਿਕਾਰ ਹੈ। ਇੱਕ ਦੂਜਾ ਹੈ ਕਿ ਦੂਜਾ ਇਸ਼ੂ ਹੈ ਕਿ ਉਹਨਾਂ ਦੀ ਵੋਟ ਬਣੂ ਕਿਵੇਂ, ਕਿਉਂਕਿ ਜਿਵੇਂ ਮੈਂ ਪਹਿਲਾਂ ਵੀ ਕਿਹਾ ਵੀ ਵੋਟ ਕੱਟੀ ਜਾਂਦੀ ਹੈ ਉਹਨਾਂ ਦੀ ਐਬਸੈਂਸ ਦੇ ਵਿੱਚ। ਤੀਸਰਾ ਹੈ ਕਿ ਜਿਹੜੀ ਇਹਦੀ ਪ੍ਰਕਿਰਿਆ, ਪਹਿਲਾਂ ਪ੍ਰਕਿਰਿਆ ਸਾਹਮਣੇ ਆਉਣੀ ਚਾਹੀਦੀ ਹੈ, ਉਹ ਇੱਕ ਬਹੁਤ ਵੱਡਾ ਸਵਾਲ ਹੈ ਜਿਹੜੇ ਅੱਜ ਦੀ ਆ ਡਿਸਕਸ਼ਨ। ਮੈਂ ਤਾਂ ਤਾਰਾ ਸੰਧੂ ਸਵਾਲ ਪਹਿਲਾਂ ਵੀ ਕੀਤਾ ਸੀਗਾ ਜਦੋਂ 2010 ਵਿੱਚ ਮੀਟਿੰਗਾਂ ਹੋਈਆਂ ਸੀਗੀਆਂ, ਇੰਨੇ ਸਾਲਾਂ ਦੀ ਪ੍ਰਕਿਰਿਆ ਤੁਸੀਂ ਤਾਂ ਦੱਸ ਨਹੀਂ ਸਕੇ, ਤੁਹਾਡੀ ਸਰਕਾਰ ਰਹੀ ਹੈ। ਚਲੋ ਜਿਹੜੇ ਹੁਣ ਲਿਆ ਰਹੇ ਆ ਰਾਈਟ ਟੂ ਵੋਟ, ਉਹ 10 ਮਿੰਟ, ਇੱਕ ਮਿੰਟ ਹੋਰ, ਆਥੋਰਾਈਜ਼ ਕਰਨ ਦਾ ਕੀ ਸਿਸਟਮ ਹੈ ਜੀ? ਮੈਂ ਚਲੋ ਮੰਨ ਲਿਆ ਮੇਰੇ 4 ਫੈਮਿਲੀ ਦੇ ਮੈਂਬਰ ਹੈਗੇ ਆ, ਮੈਂ 4 ਦੀ ਵੋਟ ਬਣਵਾ ਲਈ, ਮਤਲਬ ਵੋਟ ਬਣ ਗਈ, ਉਸ ਤੋਂ ਬਾਅਦ ਮੇਰੇ ਕੋਲ ਕੀ ਪ੍ਰੂਫ ਹੈਗਾ ਕਿ ਮੈਨੂੰ ਆਥੋਰਾਈਜ਼ ਕੀਤਾ ਕਿ ਨਹੀਂ ਕੀਤਾ? ਮੈਂ ਵੋਟ ਪਾਇਆ ਜਾ ਕੇ, ਉਹ ਆਥੋਰਾਈਜ਼ੇਸ਼ਨ ਤਾਂ ਦੂਰ ਹੈ ਬੈਠਾ, ਠੀਕ ਹੈ ਨਾ, ਜਿਹੜਾ ਇੱਥੇ ਫੈਮਿਲੀ ਹੁੰਦੀ ਹੈ, ਮਾਂ ਕਿੱਧਰ ਪਾਉਂਦੀ ਹੈ, ਪਿਓ ਕਿੱਧਰ, ਮੁੰਡੇ ਕਿੱਧਰ, ਕੁੜੀ ਕਿਸ ਤਰੀਕੇ ਨਾਲ, ਨਹੀਂ ਕੋਈ ਮੈਨੂੰ ਕੋਈ ਰਸੀਦ ਇਦਾਂ ਦੀ ਮੈਂ ਦਊਂਗਾ, ਮੈਂ ਕੱਟ ਕੇ ਕਿ ਮੈਨੂੰ ਆਥੋਰਾਈਜ਼ ਕੀਤਾ, ਕੁਝ ਪ੍ਰੂਫ ਹੋਏਗਾ, ਠੀਕ ਹੈ ਨਾ, ਕੀ ਹੋਇਆ ਤੁਸੀਂ ਪਾਇਆ ਜਾ ਕੇ? ਤੁਸੀਂ ਸਵਾਲ ਬੜੇ ਕੀਤੇ ਸੀ ਅਰਜੀਤ ਦਾਰਾ, ਇੱਕ ਸਵਾਲ ਮੈਂ ਵੀ ਤੁਹਾਨੂੰ ਕਰਨਾ ਚਾਹ ਰਿਹਾ, ਜਿਵੇਂ ਕਹਿੰਦੇ ਕਿ ਫੋਨ ਤੇ ਉੱਥੇ ਦੱਸ ਦਿੱਤਾ ਗਿਆ, ਤੁਸੀਂ ਕਹਿ ਰਹੇ 6-7 ਦਿਨ ਪਹਿਲਾਂ ਦੱਸਿਆ ਤਾਂ ਗਲਤ ਹੋ ਜੂਗਾ, ਮੇਰਾ ਸਵਾਲ ਹੈਗਾ ਜੇ ਫੋਨ ਤੇ ਦੱਸ ਦਿੱਤਾ ਗਿਆ, ਮੰਨ ਲਓ ਉਸ ਨੂੰ ਉਹਨੇ ਵੋਟ ਨਹੀਂ ਪਾਈ ਜਾ ਕੇ, ਜਿਹੜੇ ਬੰਦੇ ਨੂੰ ਉਹਨੇ ਕਿਹਾ, ਚਾਹੇ ਉਹ ਰਿਸ਼ਤੇਦਾਰ ਆ, ਚਾਹੇ ਭਰਾ ਆ, ਚਾਹੇ ਭੈਣ ਆ, ਕਿਉਂਕਿ ਉਹ ਵੀ ਕਿਸੇ ਤੇ ਇਨਫਲੂਐਂਸ ਦੇ ਵਿੱਚ ਆ ਸਕਦਾ ਹੈਗਾ, ਸਵਾਲ ਇਹ ਹੈਗਾ ਉਹਦੇ ਨਾਲ ਨੇੜਤਾ ਵਧੂਗੀ, ਲੜਾਈ ਤਾਂ ਨਹੀਂ ਹੋਜੂਗੀ, ਘਰੇ ਲੜਾਈ ਪੈਣ ਦੇ ਚਾਂਸਸ? ਤਾਂ ਮਤਲਬ ਗੱਲ ਹੈ ਕਿ ਆਖਿਰ ਤੇ ਫੋਨ ਤੇ ਦੱਸ ਦਿੱਤਾ ਜਾਏਗਾ, ਜਦ ਤੁਸੀਂ ਪ੍ਰੋਕਸੀ ਦੇ ਵੋਟ ਦੀ ਰਾਈਟ ਦੇ ਰਹੇ ਹੋ ਤਾਂ ਜਿਵੇਂ ਵੀ ਦੇਵੋਗੇ, ਪਹਿਲਾਂ ਤੁਸੀਂ ਸੁਨਿਸ਼ਚਿਤ ਕਰਨਾ ਹੋਏਗਾ ਜਿਹੜਾ ਵੋਟਰ ਹੈ ਉਹ ਖੁਦ ਅਥੋਰਾਈਜ਼ ਕਰ ਰਿਹਾ, ਉਹਦੀ ਜਿਵੇਂ ਇੱਥੇ ਆਪਾਂ ਵੋਟਿੰਗ ਕਾਰਡ ਦੇਖਦੇ ਹਾਂ, ਸਭ ਕੁਝ ਵੇਖਦੇ ਹਾਂ, ਯੂ ਹੈਵ ਟੂ ਅਸਰਟੇਨ ਕਿ ਜਿਹੜਾ ਬੰਦਾ ਅਥੋਰਾਈਜ਼ ਕਰ ਰਿਹਾ ਉਹ ਆਪਦੀ ਮਰਜ਼ੀ ਨਾਲ ਬਿਲਕੁਲ ਬਿਨਾਂ ਕਿਸੇ ਦਬਾਵ ਤੋਂ ਆਪਦੀ ਰਾਏ ਵਿਅਕਤ ਕਰ ਰਿਹਾ, ਪਹਿਲੀ ਗੱਲ ਤਾਂ ਇਹ ਵੀ ਹੈ। ਦੂਜੀ ਗੱਲ, ਉਹਨੇ ਜਿਹਨੂੰ ਅਥੋਰਾਈਜ਼ ਕੀਤਾ ਉਹ ਅਥੋਰਾਈਜ਼ ਕੀਤਾ, ਇਹਦੀ ਵੀ ਤੁਸੀਂ ਤਸਦੀਕ ਕਰਨੀ ਹੋਏਗੀ, ਅਥੋਰਾਈਜ਼ ਕੀਤਾ ਹੈ ਨਾ। ਤੀਜਾ, ਜਿਹਨੂੰ ਅਥੋਰਾਈਜ਼ ਕੀਤਾ ਉਹਦੇ ਕੋਲ ਵੀ ਅਥੋਰਾਈਜ਼ ਤਾਂ ਕੁਛ ਤਾਂ ਹੋਏਗਾ, ਤਾਂ ਹੀ ਜਾ ਕੇ ਵੋਟ ਪਾਸ ਕੀਤਾ, ਨਹੀਂ ਤਾਂ ਨਹੀਂ ਪਾ ਸਕਦਾ। ਸੋ ਯੂ ਹੈਵ ਟੂ ਪ੍ਰੂਵ ਐਵਰੀਥਿੰਗ, ਇਸ ਕਰਕੇ ਸਿੰਪਲ ਫੋਨ ਤੇ ਆਖਰੀ ਟਾਈਮ ਤੇ ਜੀ ਨੂੰ ਇੱਕ ਹੋਰ ਵੀ ਹੈ, ਜਿਹਨੂੰ ਅਥੋਰਾਈਜ਼ ਕੀਤਾ ਉਹਦੀ ਆਪਣੀ ਵੋਟ ਹੈ ਕਿ ਨਹੀਂ ਹੈ, ਇਹ ਵੀ ਇੱਕ ਇਸ਼ੂ ਹੈ। ਉਹ ਠੀਕ ਹੈ, ਕਿਹਨੂੰ ਅਥੋਰਾਈਜ਼ ਕਰ ਦੇਣੇ ਹੋ, ਪਰ ਇਹ ਨਹੀਂ ਹੋ ਸਕਦਾ ਤੁਸੀਂ ਸਵੇਰੇ 10 ਵਜੇ ਫੋਨ ਕੀਤਾ ਜਾਂ 2 ਵਜੇ ਫੋਨ ਕੀਤਾ। ਮੈਂ ਮੇਰੇ ਸਵਾਲ ਨਾਲ ਥੋੜਾ ਲੈ ਲਓ, ਇਹ ਸਵਾਲ ਜੁੜ ਗਿਆ ਹੈਗਾ, ਜਿਹੜੇ ਜਿਹਨੂੰ ਅਥੋਰਾਈਜ਼ ਕੀਤਾ ਉਹਦੀ ਵੋਟ ਹੈ ਜਾਂ ਨਹੀਂ ਹੈ, ਉਹ ਜੇ ਵੋਟ ਪਾਉਣ ਗਿਆ ਉਹਦੇ ਵੀ ਨਿਸ਼ਾਨ ਲੱਗਿਆ ਹੋਊਗਾ, ਫਿਰ ਨਿਸ਼ਾਨ ਕਿਵੇਂ ਚੱਕਰ ਵੀ ਪਊਗਾ? ਅਗੇਨ, ਜਿਹੜਾ ਵੋਟਰ ਹੈ ਆਪਦੀ ਆਈਡੈਂਟੀ ਪ੍ਰੂਵ ਕਰਦਾ, ਵੋਟ ਪਾਉਣਾ ਇੱਕ ਗੱਲ ਹੈ, ਨਿਸ਼ਾਨ ਇੱਕ ਗੱਲ ਹੈ, ਉਹਦੇ ਵਿੱਚ ਜੋ ਆਪਦਾ ਵੋਟਰ ਕਾਰਡ ਦਿਖਾਉਣਾ, ਆਪਦਾ ਪ੍ਰੂਵ ਕਰਨਾ ਮੈਂ ਹੀ ਹਾਂ ਰਾਜੀਵ ਗੋਦਾਰਾ, ਮੈਂ ਹੀ ਹਾਂ, ਵਨ ਹੈਜ਼ ਟੂ ਪ੍ਰੂਵ, ਉੱਥੇ ਵੀ ਜਿਹੜੇ ਉਹਨੂੰ ਅਥੋਰਾਈਜ਼ ਕੀਤਾ ਗਿਆ ਉਹਨੂੰ ਪ੍ਰੂਵ ਕਰਨਾ ਪਏਗਾ। ਇਸ ਕਰਕੇ ਇਸ ਪੂਰੀ ਪ੍ਰਕਿਰਿਆ ਦੇ ਵਿੱਚ ਇਹ ਨਹੀਂ ਕਿਹਾ ਜਾ ਸਕਦਾ ਕਿ ਸਵੇਰੇ ਦੁਪਹਿਰੇ 2 ਵਜੇ ਉਹਨੇ ਕਿਹਾ ਵੋਟਿੰਗ ਚੱਲ ਰਹੀ ਕਿ ਮੇਰਾ ਵੋਟ ਭਾਜੀ ਹੁਣ ਤੁਸੀਂ ਪਾਇਓ ਜਾ ਕੇ, ਇਹ ਨਹੀਂ ਹੋਣਾ, ਇਸ ਕਰਕੇ ਟਾਈਮ ਤਾਂ ਮਿਲਣਾ ਹੀ ਮਿਲਣਾ, ਟਾਈਮ ਤਾਂ ਲੱਗਣਾ ਹੀ ਉਹਦੇ। ਸਰ ਮੈਂ ਫਰਦਰ ਜਿਹੜੀ ਗੱਲ ਕਹਿਣਾ ਚਾਹੁੰਦਾ, ਇਹ ਸਾਰਾ ਅਥੋਰਟੀ ਅਤੇ ਨਾ ਅਥੋਰਟੀ ਦੇ ਵਿੱਚ ਸਾਰਾ ਸਵਾਲ ਕਿੱਥੇ ਆਏ ਖੜਾ ਹੋਣਾ? ਜਦੋਂ ਤੁਸੀਂ ਅਥੋਰਾਈਜ਼ ਕਰਤਾ ਕਿਸੇ ਨੂੰ, ਹੁਣ ਉਹ ਅਥੋਰਾਈਜ਼ ਕਰਨ ਤੋਂ ਬਾਅਦ ਉਹਦੀ ਮਰਜ਼ੀ ਹੈ ਕਿ ਉਹ ਕੀ ਕਰੇਗਾ, ਬੇਸਿਕ ਫਲੋ ਇਹਦੇ ਵਿੱਚ ਹੈ। ਜਿਹੜਾ ਰਾਈਟ ਟੂ ਵੋਟ ਹੈ ਜਿਹਨੂੰ ਤੁਸੀਂ
ब्रिटेन दे विच बड़ी सभा कल सभी वेख्या लोग कट्ठे होए सरकार ने कहा तुसी इन्हां नूं कट्ठे ना होण दिओ उत्थों दी सरकार ने कहा नहीं दे कैन एक्सप्रेस देर व्यू हुण एक इशू दे उत्ते उत्थे जिहड़े NRI ने उन्हां नूं पोलीटिकली मोटीवेट करन दा ਪੋਲੀਟੀਕਲੀ ਪਰਸੂਏਡ ਕਰਨ ਦਾ ਸਪੇਸ ਮਿਲ ਰਿਹਾ ਉਸੇ ਮੁੱਦੇ ਤੇ ਕੀ ਇੱਥੇ ਸਪੇਸ ਦੇਵੋਗੇ ਤੁਸੀਂ ਠੀਕ ਹੈ ਠੀਕ ਹੈ ਇਹ ਸਵਾਲ ਹੈ ਸਰਵਾਰੀ ਸਾਹਿਬ ਨਹੀਂ ਦੇਵੋਗੇ ਤੁਸੀਂ ਇਹਨਾਂ ਸਵਾਲਾਂ ਨੂੰ ਐਡਰੈਸ ਕਰੇ ਬਿਨਾ ਐਵੇਂ ਲਫਾਜ਼ੀ ਕਰ ਰਹੇ ਹੋ ਸਿਰ ਵੋਟਾਂ ਲੈਣ ਵਾਸਤੇ ਕੁਝ ਗੱਲਾਂ ਕਰਤੀਆਂ ਮੇਰੀ ਗੱਲ ਸੁਣੋ ਆਪਾਂ ਡਿਬੇਟ ਤੋਂ ਬਾਅਦ ਮੈਨੂੰ ਕੋਈ ਡਰ ਨਹੀਂ ਹੈ ਗੁਜ਼ਾਰਾ ਹੁਣ ਮੇਰੀ ਗੱਲ ਸੁਣ ਲਓ ਹੁਣ ਉਹਨਾਂ ਨੇ ਕਿਹਾ ਉਹਨੇ ਰੈਫਰੈਂਡਮ 2020 ਦਾ ਉੱਥੇ ਤਾਂ ਗੱਲ ਕਰਦੀ ਉਹਦੇ ਬਾਅਦ ਜੋ ਉਹ ਤੋਂ ਵੀ ਬੜਾ ਇਕੱਠ ਹੋਇਆ ਉੱਥੇ ਚੁੱਪ ਮਾਰ ਗਏ ਮੈਂ ਤਾਂ ਇਹ ਸੋਚ ਕਰ ਰਿਹਾ ਨਾ ਨਾ ਕਿਤੇ ਤੁਸੀਂ ਕਰ ਰਹੇ ਹੋ ਇਕਾ ਦੇ ਵਿੱਚ ਤੁਹਾਨੂੰ ਜਾਂਦੀ ਹੈ ਮੋਬਿਲਾਈਜ਼ੇਸ਼ਨ ਕਰ ਲਓ ਇਹਨਾਂ ਦੀ ਆਦਤ ਹੈ ਪ੍ਰੋਮੋਟ ਕਰਨਾ ਨਾ ਮੰਨੂ ਉਸ ਤੋਂ ਬਾਅਦ ਵੀ ਹੋ ਸਕਦੀ ਹੈ ਤੁਸੀਂ ਕਰੋਗੇ ਮੈਂ ਨਹੀਂ ਮੰਨੂ ਉਹ ਕਲੀਅਰ ਕਰ ਰਹੇ ਹੋ ਫ੍ਰੀਡਮ ਐਕਸਪ੍ਰੈਸ਼ਨ ਦੀ ਗੱਲ ਕਰਦੇ ਫ੍ਰੀਡਮ ਦੇ ਵਿੱਚ ਆ ਜਾਂਦਾ ਇਹ ਲੋਕ ਸਭਾ ਵਿੱਚ ਪਾਸ ਹੋਇਆ ਹੈ ਇਹਦੇ ਵਿੱਚ ਕਾਫੀ ਡਿਬੇਟ ਹੋਈਆਂ ਨੇ ਸਾਰੇ ਜਵਾਬ ਨਹੀਂ ਦਿੱਤੇ ਜਵਾਬ ਦੇ ਸਵਾਲ ਬੜਾ ਸਿੰਪਲ ਕਰ ਰਿਹਾ ਜੋ ਰੈਫਰੈਂਡਮ ਦਾ ਸਵਾਲ ਲੈ ਕੇ ਆਇਆ ਮੈਂ ਕਹਿ ਰਿਹਾ ਤੁਸੀਂ ਜਿਹੜੇ ਰੈਫਰੈਂਡਮ ਦੇ ਵਿੱਚ ਗਏ ਆ ਬੰਦੇ ਉਹਨਾਂ ਨੂੰ ਤੁਸੀਂ ਦੇਸ਼ ਵਿਰੋਧੀ ਕਹਿੰਦੇ ਹੋ ਉਹ ਤੁਹਾਡੇ ਵਿੱਚੋਂ ਵੋਟਰ ਵੀ ਹੈ ਕਿ ਉਹਨਾਂ ਨੂੰ ਦੇਸ਼ ਵਿਰੋਧੀ ਕਹੋਗੇ ਵੋਟਰ ਕਹੋਗੇ ਨਾ 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 ਵੋਟਰ ਜਿਹੜਾ ਉਹ ਵੋਟਰ ਹੋਊਗਾ ਦੇਸ਼ ਵਿਰੋਧੀ ਦੇਖੇ ਪੋਲੀਟੀਕਲ ਮੈਨੂੰ ਨਹੀਂ ਸਮਝ ਆਈ ਨਾ ਤੁਹਾਨੂੰ ਸਮਝ ਨਾ ਆਊਗੀ ਜਿਹੜਾ ਇੱਥੇ ਮੈਨੂੰ ਸਮਝਾਉਂਗਾ ਕਿ ਮੈਂ ਜਵਾਬ ਦਿੰਦਾ ਹਾਂ ਦੱਸੋ ਇਹ ਕੋਈ ਜਿਹੜੇ ਉਹ ਬੰਦੇ ਉੱਥੇ ਇਕੱਠੇ ਹੋਏ ਜਾਂ ਦੂਜੇ ਪਾਸੇ ਉਹ ਵੀ ਇਕੱਠੇ ਹੋਏ ਆ ਦੂਜਾ ਗਰੁੱਪ ਵੀ ਇਕੱਠਾ ਹੋਇਆ ਉਹਨਾਂ ਨੇ ਵੀ ਨਾਰੇ ਲਾਏ ਕੁਐਸਚਨ ਇਹ ਬੜਾ ਸੀ ਕੁਐਸਚਨ ਇਜ਼ ਇਹ ਐਂਟੀ ਨੈਸ਼ਨਲ ਜਿਹੜਾ ਬੰਦਾ ਆ ਉਹ ਜ਼ਰੂਰੀ ਇਹ ਨਹੀਂ ਵੀ ਕੈਨੇਡਾ ਅਤੇ ਉੱਥੇ ਅਮੈਰੀਕਾ ਬੈਠੇ ਆ ਇੱਥੇ ਬਥੇਰੇ ਐਂਟੀ ਨੈਸ਼ਨਲ ਹੈਗੇ ਤੀਏ ਦਿਨ ਫੜਦੇ ਤੁਸੀਂ ਉਹਨਾਂ ਨੂੰ ਰਾਈਟ ਆਫ ਵੋਟ ਹੈਗਾ ਯੂ ਕੈਨੋਟ ਡਿਨਾਈ ਇਹ ਰਾਈਟ ਆਫ ਵੋਟ ਰਾਈਟ ਆਫ ਵੋਟ ਐਵਰੀਬਾਡੀ ਤੁਸੀਂ ਦੇਸ਼ ਵਿਰੋਧੀ ਹੋ ਕੇ ਵੀ ਤੁਸੀਂ ਵੋਟਿੰਗ ਰਾਈਟ ਤੁਹਾਨੂੰ ਹੈਗਾ ਨਹੀਂ ਨਹੀਂ ਕੇਪੀ ਦਿਸ ਇਜ਼ ਨਾਟ ਅ ਡਿਬੇਟ ਡਿਬੇਟ ਇਜ਼ ਡਿਫਰੈਂਟ ਕੇਪੀ ਇੱਕ ਮਿੰਟ ਸਰ ਸਿੰਦਰ ਜੀ ਇੱਕ ਮਿੰਟ ਸੁਣੋ ਸਰ ਕਾਈਂਡਲੀ ਰਿਪਲਾਈ ਮੀ ਕਾਈਂਡਲੀ ਤੁਸੀਂ ਇੱਥੇ ਰੈਫਰੈਂਡਮ 2020 ਦੇ ਪੱਖ ਦੇ ਵਿੱਚ ਇਸ ਤਰ੍ਹਾਂ ਜਿਵੇਂ ਕੱਲ ਉੱਥੇ ਹੋਇਆ ਇਸ ਤਰ੍ਹਾਂ ਦੀ ਸਭਾ ਕਰਨ ਦਾ ਕੱਲ ਨੂੰ ਵਿਚਾਰ ਬਣੇ ਤੁਹਾਡੀ ਸਰਕਾਰ ਉਹਨਾਂ ਨੂੰ ਅਲਾਓ ਕਰੇ ਵਿਲ ਨਾਟ ਅਲਾਓ ਯੂ ਆਰ ਆਸਕਿੰਗ ਨਹੀਂ ਨਹੀਂ ਇੱਥੇ ਬੰਦ ਕਰੋ ਯੂ ਵਿਲ ਨਾਟ ਅਲਾਓ ਕਮਾਲ ਤੁਸੀਂ ਗੱਲ ਕੀ ਕਰ ਰਹੇ ਹੋ ਮੈਂ ਤਾਂ ਜਵਾਬ ਦਿੰਦਾ 1% ਯੂ ਵਿਲ ਨਾਟ ਅਲਾਓ ਯੂ ਵੋਟਰ ਟੂ ਡੂ ਦਿਸ ਔਨ ਅਦਰ ਪਲੇਸ ਯੂ ਆਰ ਗਦਾਰਾ ਸਾਹਿਬ ਸੁਣ ਲਈਏ ਨਹੀਂ ਉਹ ਹੈ ਰੈਫਰੈਂਡਮ ਕੰਟੀਨਿਊ ਕੱਟ ਕਰਨ ਦਾ ਕੰਟੀਨਿਊ ਸੈਪਰੇਟ ਕਰ ਦੇਾਂਗੇ ਉਹ ਸਵਾਲ ਹੋਰ ਹੈ ਜਿਹੜਾ ਇੱਥੇ ਵੀ ਬੰਦਾ ਜਿਹੜਾ ਇੱਥੇ ਵੀ ਨਹੀਂ ਲਿਸੇ ਜਿਹੜਾ ਇੱਥੇ ਵੀ ਬੰਦਾ ਇਹਦਾ ਕੰਮ ਕਰਦਾ ਉਹਨੂੰ ਫੜ ਕੇ ਅੰਦਰ ਵੀ ਦੇ ਦਿੰਦੇ ਇਹ ਵੀ ਆ ਰੈਫਰੈਂਡਮ ਦੀ ਗੱਲ ਕਰਨ ਵਾਲੇ ਨੂੰ ਜੇਲ੍ਹ ਚ ਪਾਇਆ ਜਾ ਸਕਦਾ ਸੁਪਰੀਮ ਕੋਰਟ ਨੇ ਕਿਹਾ ਖਾਲਿਸਤਾਨ ਦੀ ਮੰਗ ਕਰਨਾ ਕੋਈ ਗੁਨਾਹ ਨਹੀਂ ਹੈ ਸਿਰਫ ਵਾਇਲੈਂਸ ਸਿੰਘ ਮਾਨ 36 ਵਾਰੀ ਫੜਿਆ 36 ਵਾਰੀ ਬਰੀ ਹੋਇਆ ਕੋਰਟ ਇਸ ਕਰਕੇ ਇੱਧਰ ਉੱਧਰ ਦੀ ਗੱਲ ਕਰ ਰਹੇ ਕੀ ਤੁਸੀਂ ਰੈਫਰੈਂਡਮ ਦੇ ਉੱਤੇ 2020 ਦੇ ਉੱਤੇ ਚਰਚਾ ਕਰਨ ਦੀ ਗੱਲ ਉੱਥੇ ਅਲਾਓ ਕਰ ਰਹੇ ਹੋ ਕੀ ਤੁਸੀਂ ਇਸੇ ਤਰ੍ਹਾਂ ਦੀ ਚਰਚਾ ਕਰਨ ਦੀ ਛੂਟ ਇੱਥੇ ਦਿਓ ਨਹੀਂ ਕੌਣ ਅਲਾਓ ਕਰ ਰਿਹਾ ਗਵਰਨਮੈਂਟ ਆਫ ਇੰਡੀਆ ਸਰ ਦੈਟਸ ਵਾਟ ਆਈ ਐਮ ਸੇਇੰਗ ਗਵਰਨਮੈਂਟ ਆਫ ਇੰਡੀਆ ਨੇ ਕਿਹਾ ਕਿ ਨਾ ਅਲਾਓ ਕਰੋ ਬੰਦ ਕਰੋ ਉਹ ਤਾਂ ਬ੍ਰਿਟੇਨ ਦੀ ਗਵਰਨਮੈਂਟ ਨੇ ਕਿਹਾ ਵੀ ਵਿਲ ਨਾਟ ਸਟੋਪ ਸੈਪਰੇਟ ਕਰਨਾ ਸੋ ਦੈਟ ਕੈਨ ਨਾਟ ਬੀ ਮੈਂ ਸਭ ਆਰਗੂਮੈਂਟ ਸੁਣਨ ਦੀ ਕੋਸ਼ਿਸ਼ ਕਰ ਮਾਈ ਆਰਗੂਮੈਂਟ ਇਜ਼ ਕਿ ਇੱਕ ਵੋਟਰ ਨੂੰ ਇੱਥੇ ਵੋਟ ਪਾਉਣ ਤੋਂ ਪਹਿਲਾਂ ਇਹਦਾ ਹੈ ਕਿ ਇਸ਼ੂ ਤੇ ਵਿਊ ਬਣਾਉਣ ਦੀ ਛੂਟ ਲੈ ਰਹੇ ਹੋ ਇੱਕ ਇਸ਼ੂ ਤੇ ਵਿਊ ਬਣਾਉਣ ਦੀ ਛੂਟ ਲੈ ਰਹੇ ਹੋ ਦੂਜੇ ਉਸੇ ਵੋਟਰ ਨੂੰ ਉਸੇ ਗੱਲ ਕਰਨ ਦੀ ਨਹੀਂ ਗੁਦਾਰਾ ਸਾਹਿਬ ਨੈਕਸਟ ਠੀਕ ਹੈ ਗੁਦਾਰਾ ਸਾਹਿਬ ਕੇਸ ਤੋੜਨ ਦੀ ਗੁਦਾਰਾ ਸਾਹਿਬ
मान लो तुम यह गल कह रहे हो कि रेफरेंडम की उत्थे गल हुई है उन्होंने वोटिंग का अधिकार मिला है किस तरीके सारी चीजें मैनेज होन गया सवाल यह है कि उन्होंने जे इतने कोई चार्जस है कि फिर वो वोट पा सकते हैं ਤੁਸੀਂ ਇਹ ਸਵਾਲ ਕਰ ਰਹੇ ਹੋ ਕੀ ਸਵਾਲ ਕਰ ਰਹੇ ਮੇਰਾ ਹੁਣ ਕਹਿਣਾ ਇੱਕ ਮਿੰਟ ਸਮਝ ਆ ਰਹੀ ਹੈ ਸਭ ਪਲੀਜ਼ ਸਵਾਲ ਤਾਂ ਸੁਣ ਲਓ ਚਲੋ ਆਪਾਂ ਮੇਰਾ ਆਰਗੂਮੈਂਟ ਹੈ ਪੋਲੀਟੀਕਲ ਡਿਬੇਟ ਕਰਨ ਦਾ ਰਾਈਟ ਇੱਕ ਥਾਂ ਤੇ ਤੁਹਾਨੂੰ ਸਰਕਾਰ ਦੇ ਰਹੀ ਹੈ ਉੱਥੋਂ ਦੀ ਉਹੀ ਰਾਈਟ ਦੂਜੇ ਵੋਟਰਸ ਨੂੰ ਉੱਥੇ ਹੀ ਵੋਟ ਪਾਉਣ ਵਾਲਿਆਂ ਨੂੰ ਨਹੀਂ ਦਿੱਤਾ ਜਾ ਰਿਹਾ ਇਸ ਇਸ਼ੂ ਨੂੰ ਕਿਵੇਂ ਰਿਜ਼ੋਲਵ ਕਰੋਗੇ ਦੈਟ ਇਜ਼ ਮਾਈ ਕੁਐਸਚਨ ਤੁਸੀਂ ਉਹਨੂੰ ਕੁਝ ਹੋਰ ਹੀ ਕਰੀ ਜਾਂਦੇ ਹੋ ਬੈਂਸ ਆਫ ਰਾਈਟ ਟੂ ਵੋਟ ਦੀ ਗੱਲ ਕਰ ਰਹੇ ਨੇ ਜੇ ਸਾਡੇ ਦੇਸ਼ ਦੇ ਚੋਣ ਕਮਿਸ਼ਨ ਜੇ ਕਰਨਗੇ ਤੇ ਪਾਰ ਹੋ ਗਿਆ ਜਿੱਥੇ ਤੱਕ ਸਵਰੀਆ ਸਾਹਿਬ ਦੀ ਗੱਲ ਰਹੇਗੀ ਰੋਜ਼ ਦੇਸ਼ ਦੇ ਵਿੱਚ ਲਿੰਚਿੰਗ ਦੀ ਗੱਲ ਕਰਕੇ ਤਰ੍ਹਾਂ ਤਰ੍ਹਾਂ ਦੇਸ਼ ਦੀ ਤੋੜ ਦੀ ਗੱਲ ਕਰ ਰਹੇ ਨੇ ਲਗਾਤਾਰ ਦੇ ਰਹੇ ਆਜ਼ਾਦੀ ਤੋਂ ਲੈ ਕੇ ਯੂ ਆਰ ਡੂਇੰਗ ਆਲ ਦਿਸ ਵਾਟ ਇੱਕ ਵਾਰ ਸਵਾਲ ਕਰ ਰਹੇ ਹੋ ਅਰਜੀ ਮਾਰੇ ਇੱਕ ਵੀ ਸਵਾਲ ਸਾਹਿਬ ਤੁਸੀਂ ਗ੍ਰਾਮੀ ਕੀਤੀ ਦੇਸ਼ ਦੇ ਪਰਿਵਾਰ ਦੇ ਪੰਜ ਜੀ ਆ ਉੱਥੇ ਉਹਨਾਂ ਦੀ ਇੱਧਰ ਵੋਟ ਵੀ ਬਣੀ ਆ ਫਿਰ ਉਹ ਪਰਿਵਾਰ ਇੱਕ ਇੱਕ ਬੰਦੇ ਨੂੰ ਉੱਥੋਂ ਇੱਥੇ ਹੈਗਾ ਵੀ ਇੱਕ ਨੂੰ ਇੱਕ ਕਰ ਸਕਦਾ ਪਾਰਦਰਸ਼ਤਾ ਨਹੀਂ ਹੈਗੀ ਉਹਦੇ ਚ ਕਿਉਂਕਿ ਜਦੋਂ ਤੁਸੀਂ ਪ੍ਰੋਕਸੀ ਵੋਟ ਲਾਅ ਕਰਤੀ ਨਾ ਆਪਣੇ ਆਪ ਚ ਇੱਕ ਜਿਹੜਾ ਸਕੈਮਿਸਟ ਵਰਡ ਹੈਗਾ ਕਿ ਪ੍ਰੋਕਸੀ ਵੋਟ ਮੈਂ ਅਸੀਂ ਇੱਥੇ ਕੀ ਹੁੰਦਾ ਇੱਥੇ 10 ਬੰਦੇ ਮਰੇ ਹੋਏ ਦੀ ਵੋਟ ਪਾ ਲੈਂਦੇ ਪ੍ਰੋਕਸੀ ਵੋਟਰ ਹੀ ਹੁੰਦੇ ਆ ਠੀਕ ਹੈ ਨਾ ਸੋ ਪ੍ਰੋਕਸੀ ਵੋਟ ਜਿਹੜੀ ਆ ਉਹਦਾ ਕੋਈ ਜਦ ਤੱਕ ਪ੍ਰੋਕਸੀ ਵੋਟ ਨਹੀਂ ਤੁਸੀਂ ਹਾਂ ਇਹ ਕਰੋ ਕਿ ਐਨ ਆਰ ਆਈ ਨੂੰ ਰਾਈਟ ਦੇਣਾ ਠੀਕ ਹੈਗਾ ਐਨ ਆਰ ਆਈ ਨੂੰ ਵੋਟਿੰਗ ਦਾ ਰਾਈਟ ਮਿਲਣਾ ਚਾਹੀਦਾ ਪਰ ਉਹ ਵੋਟਿੰਗ ਜਿਹੜੀ ਹੈ ਪ੍ਰੋਕਸੀ ਇਜ਼ ਰੋਂਗ ਉਹਦੇ 'ਚ ਈ ਅੱਜ ਕੱਲ੍ਹ ਇਨਫੋਰਮੇਸ਼ਨ ਟੈਕਨੋਲੋਜੀ ਦਾ ਜ਼ਮਾਨਾ ਈ ਵੈਲਿਡ ਪੇਪਰ ਆ ਅਗਲਾ ਆਪਣੀ ਸਿਗਨੇਚਰ ਰੱਖ ਕੇ ਵੋਟ ਪਾ ਸਕਦਾ ਇੱਕ ਵਿੰਡੋ ਕ੍ਰੀਏਟ ਕਰੇ ਇਲੈਕਸ਼ਨ ਕਮਿਸ਼ਨ ਕਿ ਐਨ ਆਰ ਆਈ ਦਾ ਜਿਹੜਾ ਵੋਟ ਬਣਿਆ ਇੱਥੇ ਜਾ ਕੇ ਆਪਣਾ ਕੋਡ ਪਾ ਕੇ ਖੋਲ੍ਹੇ ਔਰ ਵੋਟ ਕਰੇ ਕਿਉਂ ਨਹੀਂ ਕਰ ਸਕਦੇ ਮੈਂ ਸਰ ਤੁਹਾਡੇ ਲਾਸਟ ਕਮੈਂਟ ਮੈਂ ਚਰਚਾ ਸਮਾਪਤ ਕਰਨੀ ਸਕੈਮ No, no, it's not at all a scam. No, no question. Idea is to give equality to the NRI. Oh, they are saying that NRI vote has come. I am saying that ਨੂੰ ਵੀ ਉਨਾ ਹੀ ਹੱਕ ਮਿਲਦਾ ਚਾਹੀਦਾ ਕਿਉਂਕਿ ਦੇ ਆ ਬੇਸਿਕਲੀ ਇੰਡੀਅਨ ਸਿਟੀਜ਼ਨ ਇੰਡੀਅਨ ਸਿਟੀਜ਼ਨ ਹੱਕ ਤੋਂ ਇਤਰਾਜ਼ ਨਹੀਂ ਹੈ ਹੱਕ ਤੋਂ ਇਤਰਾਜ਼ ਨਹੀਂ ਹੈ ਠੀਕ ਹੈ ਪਰ ਕੋਈ ਸਕੈਮ ਨਹੀਂ ਹੈ ਇਟਸ ਨਾਟ ਅ ਸਕੈਮ ਜਿਹੜਾ ਜਿਹੜੇ ਕੋਈ ਲੂਪ ਹੋਲਸ ਹੋਣਗੇ ਨਾ ਉਹਦੇ ਗਵਰਨਮੈਂਟ ਇਲੈਕਸ਼ਨ ਕਮਿਸ਼ਨ ਜਦੋਂ ਤੁਸੀਂ ਐਡਰੈਸ ਵੋਟ ਹੀ ਲਾ ਕਰਦੇ ਹੋ ਬਹੁਤ ਬਹੁਤ ਧੰਨਵਾਦ ਸਿੰਧ ਸਿੰਘ ਬੈਂਸ ਤੁਹਾਡਾ ਸੀਐਲ ਬੈਂਸ ਤੁਹਾਡਾ ਏਪੀ ਸਨੋਰੀਆ ਤੁਹਾਡਾ ਤਾਰਾ ਸੰਧੂ ਤੁਹਾਡਾ ਅਰਜੀਵ ਤੁਹਾਡਾ ਤੁਹਾਡਾ ਸਾਰੇ ਮਹਾਨਾਂ ਦਾ ਬਹੁਤ ਧੰਨਵਾਦ ਕਰਦੇ ਆ ਵੋਟਰ ਲਿਸਟ ਵਿੱਚ ਕਿੰਨੇ ਪ੍ਰਵਾਸੀ ਭਾਰਤੀ ਰਜਿਸਟਰਡ ਹੈਗੇ ਆ ਸਵਾਲ ਇਹ ਹੈ ਭਾਰਤ ਦੀ ਨਾਗਰਿਕਤਾ ਕਿੰਨੇ ਐਨ ਆਰ ਆਈ ਕੋਲ ਹੈਗੀ ਆ ਸਵਾਲ ਇਹ ਵੀ ਹੈਗਾ ਜਿਹੜੀ ਪ੍ਰੋਕਸੀ ਵੋਟ ਦੀ ਗੱਲ ਕੀਤੀ ਜਾਏ ਪ੍ਰੋਕਸੀ ਵੋਟ ਵਾਲਾ ਪਲਾਨ ਸਿਰਫ ਇਲੈਕਸ਼ਨ ਤੱਕ ਸੀਮਤ ਹੈ ਲੋਕ ਸਭਾ ਚੋਣਾਂ ਤੱਕ ਸੀਮਤ ਹੈ ਜਾਂ ਅੱਗੇ ਵੀ ਜਾਏਗਾ ਸਵਾਲ ਇਹ ਵੀ ਹੈਗਾ ਕਿ ਇਹ ਚੋਣ ਫੰਡ
ਇਕੱਠੇ ਕਰਨ ਦਾ ਪ੍ਰਬੰਧ ਤਾਂ ਨਹੀਂ ਹੈਗਾ। ਸਵਾਲ ਇਹ ਵੀ ਹੈਗਾ ਪ੍ਰਵਾਸੀ ਭਾਰਤੀਆਂ ਨੂੰ ਖੁਸ਼ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਪ੍ਰਵਾਸੀ ਭਾਰਤੀਆਂ ਨਾਲ ਪਹਿਲਾਂ ਜਿਹੜੇ ਸੰਮੇਲਨ ਕੀਤੇ ਜਾਂਦੇ ਆ ਉਹਨਾਂ ਵਿੱਚ ਕਿੰਨੇ ਵਾਅਦੇ ਪੁਕਾਏ ਜਾਂਦੇ ਆ, ਸਵਾਲ ਇਹ ਵੀ ਹੈਗਾ। ਪ੍ਰਵਾਸੀ ਭਾਰਤੀਆਂ ਨਾਲ ਮੁਲਾਕਾਤਾਂ ਸਾਰੇ ਕਰਦੇ ਆ, ਪ੍ਰਵਾਸੀ ਭਾਰਤੀਆਂ ਨਾਲ ਮੁਲਾਕਾਤਾਂ ਨਿਭਾਉਂਦੇ ਕਿੰਨੇ ਜਾਣੇ ਹੈਗੇ ਆ, ਸਵਾਲ ਇਹ ਵੀ ਹੈਗਾ। ਕੀ ਸਵਾਲ ਹੈ ਜਿਹੜੇ ਸਾਰੇ ਪੁੱਛੇ ਜਾ ਰਹੇ ਹੈਗੇ ਆ, ਉਹਨਾਂ ਸਵਾਲਾਂ ਦਾ ਜਵਾਬ ਉਦੋਂ ਮਿਲ ਸਕੇਗਾ ਜਦੋਂ ਇਹ ਬਿੱਲ ਆ ਜਿਹੜਾ ਸੋਧ ਬਿੱਲ ਹੈ ਕਾਨੂੰਨ ਦਾ ਰੂਪ ਅਖਤਿਆਰ ਕਰ ਲਵੇਗਾ। ਇਹਨਾਂ ਸਵਾਲਾਂ ਦਾ ਜਵਾਬ ਉਦੋਂ ਹੀ ਮਿਲੇਗਾ ਜਦੋਂ ਇਹ ਬਿੱਲ ਕਾਨੂੰਨ ਬਣ ਜਾਵੇਗਾ। ਉਦੋਂ ਪੁੱਛਾਂਗੇ ਕਿੰਨੇ NRIs ਹੈ, ਕਿੰਨੇ ਇੱਥੇ ਰਜਿਸਟਰਡ ਹੈ ਅਤੇ ਕਿੰਨਿਆਂ ਨੂੰ ਵੋਟ ਪਾਉਣ ਦਾ ਹੱਕ ਮਿਲੇਗਾ, ਅਤੇ ਪ੍ਰੋਕਸੀ ਵਾਲਾ ਜਿਹੜਾ ਪਲਾਨ ਹੈਗਾ ਉਹ ਇਸਤੇਮਾਲ ਕਿਵੇਂ ਹੋਵੇਗਾ, ਜਾਂ ਵਾਕਿਆ ਹੀ ਇਸ ਵਿੱਚ ਟਰਾਂਸਪਰੈਂਸੀ ਹੋਵੇਗੀ, ਪਾਰਦਰਸ਼ਤਾ ਹੋਵੇਗੀ। ਇਹ ਸਵਾਲ ਸਾਡਾ ਬਾਕੀ ਹੈਗਾ, ਜਦੋਂ ਇਸ ਸਵਾਲ ਦਾ ਜਵਾਬ ਮਿਲੇਗਾ ਫਿਰ ਚਰਚਾ ਲਈ ਹਾਜ਼ਰ ਹੋਵਾਂਗੇ। ਧੰਨਵਾਦ।